ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਸਾਂਝੀ ਗੱਲਬਾਤ ਵਿੱਚ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆਈਏ ਤੇ ਇੱਕ ਪ੍ਰੋਗਰਾਮ ਜਿਸ ਦੀ ਤੁਸੀਂ ਹਮੇਸ਼ਾ ਹੀ ਉਡੀਕ ਕਰਦੇ ਰਹਿੰਦੇ ਹੋ ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਹੀ ਕੀਮਤੀ ਸਮਾਂ ਸਾਡੇ ਨਾਲ ਲਾਉਂਦੇ ਨੇ ਸੋ ਬਹੁਤ ਹੀ ਦੇਰ ਨਹੀਂ ਲਾਉਂਦੇ ਉਹਨਾਂ ਨੂੰ ਅਸੀਂ ਆਵਾਜ਼ ਮਾਰਦੇ ਹਾਂ ਤੇ ਉਹਨਾਂ ਦੇ ਨਾਲ ਅੱਜ ਦੀ ਗੱਲਬਾਤ ਕਰਦੇ ਹਾਂ ਭੈਣ ਜੀ ਜੀਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਦਿਲੋਂ ਧੰਨਵਾਦ ਕਿਉਂਕਿ ਜਿੰਨਾ ਤੁਸੀਂ ਮੈਨੂੰ ਕੀਮਤੀ ਸਮਾਂ ਆਪਣੇ ਟੀਵੀ ਤੇ ਦੇ ਦਿੰਦੇ ਹੋ ਤੇ ਜਿਸ ਤਰੀਕੇ ਦਾ ਖੂਬਸੂਰਤ ਵਾਪਸ ਰਿਸਪੌਂਸ ਆਉਂਦਾ ਜੇ ਸਾਡੇ ਸਾਰੇ ਸੁਣਨ ਵਾਲਿਆਂ ਤੋਂ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੂੰ ਪ੍ਰੋਗਰਾਮ ਪਸੰਦ ਆ ਰਹੇ ਨੇ ਤੇ ਮੈਂ ਸ਼ਾਇਦ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੇ ਹਾਂ ਜਿਹੜਾ ਤੁਹਾਨੂੰ ਅੰਦਾਜ਼ਾ ਵੀ ਨਾ ਹੋਵੇ ਆਸਟ੍ਰੇਲੀਆ ਤੋਂ ਇੱਕ ਆਏ ਸਨ ਦੰਪਤੀ ਜੋ ਤੁਹਾਡਾ ਪ੍ਰੋਗਰਾਮ ਰੈਗੂਲਰ ਪਹਿਲਾਂ ਤੋਂ ਦੇਖ ਰਹੇ ਨੇ ਤੇ ਉਹ ਆ ਕੇ ਖਾਸ ਤੌਰ ਤੇ ਮੈਨੂੰ ਹਸਪੀਟਲ ਦੇ ਵਿੱਚ ਆ ਕੇ ਧੰਨਵਾਦ ਕਰਕੇ ਗਏ ਕਿ ਤੁਹਾਡੇ ਨੁਸਖੇ ਸਾਨੂੰ ਦੋ ਤਿੰਨ ਥਾਈ ਤੇ ਬਹੁਤ ਹੀ ਫਾਇਦਾ ਦਿੱਤਾ ਤੇ ਅਸੀਂ ਘੱਟੋ ਘੱਟ 50 ਜਣਿਆਂ ਨਾਲ ਹੋਰ ਤੁਸੀਂ ਕਿਉਂਕਿ ਕਿਹਾ ਸੀ ਜ਼ਰੂਰ ਅਗਲਿਆਂ ਨੂੰ ਸ਼ੇਅਰ ਕਰੋ ਤੇ ਅਸੀਂ ਸ਼ੇਅਰ ਕੀਤੇ ਕੀ ਬਾਤ ਹੈ ਬਹੁਤ ਵਧੀਆ ਭੈਣ ਜੀ ਬਹੁਤ ਸਾਰੇ ਮੈਸੇਜ ਬਹੁਤ ਸਾਰੀਆਂ ਕਾਲਸ ਆਉਂਦੀਆਂ ਹੈਗੀਆਂ ਤੇ ਮੈਂ ਇੱਕ ਜ਼ਰੂਰ ਰਿਕੁਐਸਟ ਸਾਰਿਆਂ ਨੂੰ ਕਰੂੰਗੀ ਕਿ ਤੁਸੀਂ ਪਲੀਜ਼ ਜਿਹੜੀ ਵੀ ਕੰਟਰੀ 'ਚ ਰਹਿੰਦੇ ਹੋ ਤੁਸੀਂ ਸਮਾਂ ਜ਼ਰੂਰ ਦੇਖਿਆ ਕਰੋ ਤੁਸੀਂ ਦੇਰ ਰਾਤ ਭੈਣ ਜੀ ਉਹਨਾਂ ਨੂੰ ਕਾਲ ਕਰ ਲੈਂਦੇ ਹੋ ਕਿਉਂਕਿ ਇਹਨਾਂ ਦਾ ਪੇਸ਼ਾ ਜਿਹੋ ਜਿਹਾ ਆ ਹਸਪੀਟਲ 'ਚ ਹੁੰਦੇ ਆ ਆਪਣੀ ਡਿਊਟੀ ਤੇ ਹੁੰਦੇ ਆ ਸੋ ਜਦੋਂ ਤੁਸੀਂ ਫੋਨ ਕਰਦੇ ਹੋ ਕਈ ਵਾਰੀ ਇਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਆ ਤੁਸੀਂ ਸਾਨੂੰ ਲਿਖ ਕੇ ਮੈਸੇਜ ਭੇਜ ਦਿਆ ਕਰੋ ਤੇ ਮੈਂ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਇਹਨਾਂ ਤੱਕ ਤੁਹਾਡੀ ਗੱਲ ਪਹੁੰਚਦੀ ਜ਼ਰੂਰ ਕਰਿਆ ਕਰਾਂਗੇ ਸੋ ਭੈਣ ਜੀ ਅੱਜ ਅਸੀਂ ਗੱਲ ਕਰਨੀ ਹੈਗੀ ਆ ਫਟਕੜੀ ਤੇ ਸੋ ਦੇਖਣ ਨੂੰ ਤਾਂ ਮੈਨੂੰ ਤਾਂ ਕਈ ਵਾਰੀ ਬਹੁਤ ਚਿਰ ਪਤਾ ਹੀ ਨਹੀਂ ਸੀ ਕਿ ਇਹਦੇ ਨਾਲ ਕੀ ਫਾਇਦੇ ਹੁੰਦੇ ਆ ਔਰ ਹੁਣ ਜਿਵੇਂ ਜਿਵੇਂ ਅਸੀਂ ਜਾਣਨ ਲੱਗੇ ਆ ਤੇ ਹੁਣ ਹੈਰਾਨੀ ਬੜੀ ਹੁੰਦੀ ਆ ਕਿ ਅਸੀਂ ਇਸ ਚੀਜ਼ ਬਾਰੇ ਪਹਿਲਾਂ ਕਿਉਂ ਨਹੀਂ ਜਾਣਦੇ ਸੀ ਸੋ ਥੋੜਾ ਜਿਹਾ ਅੱਜ ਇਹਦੇ ਤੇ ਹੀ ਅਸੀਂ ਕੇਂਦਰਿਤ ਰਹਿੰਦੇ ਹਾਂ ਕਿਉਂਕਿ ਅਸੀਂ ਬਾਹਲਾ ਸਮਾਂ ਵੀ ਨਹੀਂ ਲੈਣਾ ਸੋ ਸਾਡੇ ਸ਼ੋਅ ਦਾ ਸਮਾਂ ਵੀ ਥੋੜਾ ਆ ਸੋ ਅੱਜ ਅਸੀਂ ਫਟਕੜੀ ਦੀ ਗੱਲ ਕਰਦੇ ਹਾਂ ਜੀ ਜੀ ਮੈਂ ਅਸਲ ਚ ਬੜੀ ਮਜ਼ੇਦਾਰ ਗੱਲ ਦੱਸਣੀ ਚਾਹੁੰਦੀ ਹਾਂ ਕਿ ਮੈਂ ਪਹਿਲਾ ਸਾਲ ਹੀ ਸੀ ਡਾਕਟਰੀ ਦਾ ਅਜੇ ਸ਼ੁਰੂ ਕੀਤਾ ਤੇ ਉਹ ਗੰਨਾ ਛੁਪ ਰਹੇ ਸਾਂ ਤੇ ਉਹ ਮਸੂੜੇ ਤੇ ਇੰਜਰੀ ਹੋ ਗਈ ਤੇ ਬਲੀਡਿੰਗ ਸ਼ੁਰੂ ਹੋ ਗਈ ਤੇ ਮੈਂ ਤਾਂ ਜਿਵੇਂ ਹੁਣ ਉਦੋਂ ਹਾਲ ਹੁੰਦਾ ਵੀ ਡਾਕਟਰੀ ਕਰ ਰਹੇ ਹਾਂ ਜਿਵੇਂ ਜਿਵੇਂ ਕਹਿ ਲਓ ਨਾ ਕਿ ਨਵਾਂ ਰੰਗਰੂਟ ਜਿਹੜਾ ਹੁੰਦਾ ਉਹਨੂੰ ਲੱਗਦਾ ਵੀ ਮੈਂ ਤਾਂ ਬਹੁਤ ਕੁਛ ਜਾਣਦਾ ਤੇ ਮੇਰੇ ਮੰਮੀ ਨੇ ਉਦੋਂ ਕੋਸੇ ਪਾਣੀ ਚ ਫਟਾਫਟ ਫਟਕੜੀ ਦਾ ਰੱਤਾ ਜਿਹਾ ਟੋਟਾ ਘੋਲਿਆ ਤੇ ਮੈਨੂੰ ਕਹਿਣ ਲੱਗੇ ਵੀ ਇਹ ਤੂੰ ਦਬਾ ਦਬੇ ਦੇ ਨਾਲ ਚੂਲੀਆਂ ਕਰ ਲੈ ਹੁਣੇ ਬਲੀਡਿੰਗ ਰੁਕ ਜਾਏਗੀ ਤੇ ਮੈਂ ਤੁਹਾਨੂੰ ਕਿਹਾ ਇਹੋ ਜਿਹੇ ਨਹੀਂ ਮੈਂ ਘਰੇਲੂ ਨੁਸਖੇ ਨਸਕੇ ਮੇਰੇ ਤਾਂ ਮੈਂ ਡਾਕਟਰੀ ਆਪਣੀ ਵਧੀਆ ਜਾਣਦੀ ਹਾਂ ਪਰ ਮਜ਼ੇਦਾਰ ਗੱਲ ਦੇਖੋ ਕਿ ਮੈਂ ਆਪਣਾ ਜੋ ਕੰਮ ਕਰਨਾ ਚਾਹਿਆ ਬੀਟਾਡੀਨ ਲਿਆ ਕਰ ਕੁਛ ਨਹੀਂ ਹੋਇਆ ਪਰ ਉਹ ਜਦੋਂ ਫਿਰ ਮੈਂ ਉਹਨਾਂ ਦੀ ਮੂੰਹ ਚ ਪਾ ਕੇ ਇੱਕੋ ਹੀ ਚੂਲੀ ਕੀਤੀ ਤਾਂ ਉਹ ਜਾਦੂਈ ਅਸਰ ਵਾਂਗ ਇੱਕਦਮ ਬਲੀਡਿੰਗ ਰੁਕ ਗਈ ਮੈਨੂੰ ਬੜੀ ਹੈਰਾਨੀ ਹੋਈ ਵੀ ਅੱਛਾ ਇਹ ਇੰਨੀ ਜ਼ਬਰਦਸਤ ਚੀਜ਼ ਹੈ ਕਿਉਂਕਿ ਉਸ ਤੋਂ ਪਹਿਲਾਂ ਇੰਝ ਹੀ ਲੱਗਦਾ ਸੀ ਤਾਂ ਬੇਕਰੀ ਪ੍ਰੋਡਕਟ ਚ ਪੈਂਦੀ ਹੈ ਜਾਂ ਰੰਗਣ ਦੇ ਕੰਮ ਆਉਂਦੀ ਹੈ ਇਹੋ ਜਿਹਾ ਵੀ ਅਸਰ ਕਰ ਸਕਦੀ ਹੈ ਖੈਰ ਜਦੋਂ ਇਹੋ ਜਿਹੀ ਚੀਜ਼ ਹੋ ਜਾਏ ਤੇ ਜਿਵੇਂ ਖੋਜੀ ਸੁਭਾਅ ਹੁੰਦਾ ਉਦੋਂ ਦੀ ਮੈਂ ਗੱਲ ਦੱਸਦੀ ਹਾਂ ਵੀ ਲੱਭਣਾ ਸ਼ੁਰੂ ਕੀਤਾ ਵੀ ਇਹ ਆਖਰ ਹੈ ਕਿ ਇਹਦੇ ਚ ਕਿਵੇਂ ਰੁਕ ਗਿਆ ਸੋ ਉਹ ਪੜ੍ਹਨ ਤੇ ਪਤਾ ਲੱਗਿਆ ਕਿ ਇਸ ਚ ਐਲਮੀਨੀਅਮ ਸਲਫੇਟ ਤੇ ਪੋਟਾਸ਼ੀਅਮ ਸਲਫੇਟ ਹੁੰਦਾ ਜੇ ਜਿਸ ਸਦਕਾ ਇਹਨੇ ਇਹ ਸਾਰੇ ਅਸਰ ਦਿਖਾਏ ਤੇ ਕੁਛ ਇਤਿਹਾਸ ਦੀਆਂ ਬੜੀਆਂ ਮਜ਼ੇਦਾਰ ਗੱਲਾਂ ਸੀ ਜਿਹੜੀਆਂ ਮੈਂ ਸਾਂਝੀਆਂ ਕਰ ਦਿੰਦੀ ਹਾਂ ਸ਼ਾਇਦ ਕਿਸੇ ਨੂੰ ਚੇਤੇ ਹੋਵੇ ਕਿ ਇੰਗਲੈਂਡ ਵਿੱਚ ਇਹਦਾ 15ਵੀਂ ਸਦੀ ਵਿੱਚ ਜ਼ਿਕਰ ਮਿਲਦਾ ਹੈ ਕਿ ਇਹ ਉਦੋਂ ਵਰਤੀ ਜਾਂਦੀ ਸੀ ਉਦੋਂ ਇਹਦਾ ਨਾਮ ਦਰਅਸਲ ਉਦੋਂ ਰੰਗਣ ਦੀ ਫੈਕਟਰੀ ਲਈ ਕਿਉਂਕਿ ਇਹ ਵਰਤੀ ਜਾਂਦੀ ਸੀ ਉਦੋਂ ਫਟਕੜੀ ਨਹੀਂ ਉੱਥੇ ਕੋਈ ਹੋਰ ਹੁਣ ਮੈਂ ਪ੍ਰੋਨਾਂਸੀਏਸ਼ਨ ਕੀਤੀ ਤਾਂ ਸਾਰੇ ਹੱਸਣਗੇ ਕਿਉਂਕਿ ਉਹ ਬਹੁਤ ਲੰਬਾ ਜਿਹਾ ਅਜੀਬ ਜਿਹਾ ਨਾਮ ਜਿਹੜਾ ਉੱਥੇ ਵਰਤਦੇ ਸਨ ਪਰ ਉਸੇ ਹੀ ਤਰ੍ਹਾਂ ਜਿਹੜੀ ਗੱਲ ਇਹ ਸੀ ਉਦੋਂ ਕਿ ਇਹਦੀ ਇੱਕ ਤੋਂ ਦੂਜੇ ਥਾਂ ਦੂਜੇ ਤੋਂ ਤੀਜੇ ਮੁਲਕ ਇੰਨਾ ਜ਼ਬਰਦਸਤ ਇਹਦਾ ਵਪਾਰ ਸ਼ੁਰੂ ਹੋਇਆ ਸਿਰਫ ਰੰਗ ਦੀ ਫੈਕਟਰੀ ਵਿੱਚ ਵੀ ਜੇ ਪੱਕੇ ਰੰਗ ਚਾੜਨੇ ਤੇ ਇਹੀ ਵਰਤੀ ਜਾਏਗੀ ਪਰ ਕਮਾਲ ਇਹ ਹੋਇਆ ਕਿ ਚਾਈਨੀਜ਼ ਮੈਡੀਸਿਨ ਜੇ ਤੁਸੀਂ ਫਰੋਲੋਗੇ ਨਾ ਉਹਨਾਂ ਵਿੱਚ ਬਹੁਤਾਤ ਵਿੱਚ ਫਟਕੜੀ ਪਾਈ ਜਾਣ ਲੱਗ ਪਈ ਹੋਈ ਹੈ ਅੱਜ ਤੋਂ ਨਹੀਂ ਸਦੀਆਂ ਤੋਂ
ਸੋ ਮੈਂ ਮਤਲਬ ਜਿਹੜਾ ਉਸ ਸਮੇਂ ਦਾ ਨਾਮ ਗਲਤ ਹੋਇਆ ਤਾਂ ਖਿਮਾ ਕਰਿਓ, ਪਰ ਪਲੀਨੀ ਕਹੋਗੇ ਜਾਂ ਕਿਵੇਂ ਇਹਨੂੰ ਪ੍ਰੋਨਾਉਂਸ ਕਰੋਗੇ, ਇਹੋ ਜਿਹਾ ਕੁਛ ਨਾਮ ਉਹ ਵਰਤਦੇ ਨੇ। ਜੀ ਹੁਣ ਉਹਦੇ ਵਿੱਚ ਜਿਹੜੀਆਂ ਦਵਾਈਆਂ ਚੋਂ ਪਾ ਰਹੇ ਨੇ ਉਹਨਾਂ ਵਿੱਚੋਂ ਕੁਝ, ਦੇਖੋ ਮੈਂ ਕਲੀਅਰ ਕਰ ਦਿਆਂ, ਆਪਾਂ ਹਰ ਵਾਰ ਮੈਂ ਬੜੀ ਕਲੀਅਰ ਕਹਿੰਦੀ ਹਾਂ ਕਿ ਮੈਂ ਉਹ ਨੌਲੇਜ ਉਹ ਵਾਲੀ ਨਹੀਂ ਇਕੱਠੀ ਕਰ ਰਹੀ ਜੋ ਇੰਟਰਨੈਟ ਵਿੱਚ ਮਿਲਦੀ ਹੈ। ਮੈਨੂੰ ਨਾ ਤਾਂ ਚਾਈਨੀਜ਼ ਪੜ੍ਹਨੀ ਆਉਂਦੀ ਹੈ, ਪਰ ਮੈਨੂੰ ਜਦੋਂ ਮੈਂ ਇਸ ਬਾਰੇ ਪਤਾ ਕਰਨਾ ਸ਼ੁਰੂ ਕੀਤਾ ਤਾਂ ਇੱਕ ਸੱਜਣ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਬਜ਼ੁਰਗ ਨੇ ਅਮਰੀਕਾ ਵਿੱਚੋਂ, ਉਹਨਾਂ ਨੇ ਮੈਨੂੰ ਟ੍ਰਾਂਸਲੇਸ਼ਨ ਕਰਕੇ ਕੁਝ ਚੀਜ਼ਾਂ ਫਿਰ ਭੇਜੀਆਂ ਵੀ ਆਹ ਚਾਈਨੀਜ਼ ਮੈਡੀਸਿਨ ਦੇ ਵਿੱਚ ਜਿਵੇਂ ਉਹਨਾਂ ਨੇ ਯੂਜ਼ ਕੀਤੀਆਂ ਇਹ ਉਹ ਨੁਸਖੇ ਨੇ, ਤੇ ਕੁਝ ਫਿਰ ਉਹ ਲੱਭੇ ਜਿਹੜੇ ਅਸੀਂ ਜਿਵੇਂ ਆਪ ਵਰਤ ਕੇ ਟੈਸਟ ਕਰ ਲਏ ਕਿ ਹਾਂਜੀ ਇਹ ਵੀ ਇਫੈਕਟਿਵ ਨੇ, ਤੇ ਕੁਝ ਚੀਜ਼ਾਂ ਜੋ ਮਾਰਕੀਟ ਚ ਅਵੇਲੇਬਲ ਸਨ, ਕੁਝ ਜੋ ਦਵਾਈਆਂ ਵਿੱਚ ਪਾਈ ਜਾਂਦੀ ਸੀ, ਸੋ ਉਹਨਾਂ ਦਾ ਸਿਰਫ ਅਸੀਂ ਗੱਲ ਸ਼ੇਅਰ ਕਰਾਂਗੇ। ਉਸ ਤੋਂ ਇਲਾਵਾ ਜੇ ਕਿਸੇ ਨੂੰ ਹੋਰ ਕੋਈ ਫਾਇਦਾ ਦਿਸਦਾ ਹੈ ਜ਼ਰੂਰ ਦੱਸੋ, ਪਰ ਅਸਲ ਚ ਫਾਇਦਿਆਂ ਨੂੰ ਅਸੀਂ ਤਾਂ ਗਿਣਦੇ ਹਾਂ ਜਦੋਂ ਵੱਡੀ ਗਿਣਤੀ ਲੋਕਾਂ ਤੇ ਇਹਦੀ ਖੋਜ ਹੋ ਚੁੱਕੀ ਹੋਵੇ, ਜਿਵੇਂ ਆਪਾਂ ਅਗਲੇ ਪ੍ਰੋਗਰਾਮ ਚ ਦੱਸਾਂਗੇ ਜੋ ਕਿ 20 ਸਾਲਾਂ ਦੀ ਖੋਜ ਤੋਂ ਬਾਅਦ ਮੋਸਟ ਨਿਊਟ੍ਰੀਸ਼ੀਅਸ ਫੂਡਸ ਤੇ ਕਿਵੇਂ ਵਰਤਣੀ ਉਹਦਾ ਜ਼ਿਕਰ ਕਰਾਂਗੇ। ਉਸੇ ਤਰ੍ਹਾਂ ਇਹਦੇ ਚੋਂ, ਕਿਉਂਕਿ ਇਹ ਜਿਸ ਤਰੀਕੇ ਪੈਕਸ ਅੱਜ ਕੱਲ ਨਾ ਕਿੱਲ ਮੁਹਾਸਿਆਂ ਲਈ ਜਿੰਨੇ ਅਵੇਲੇਬਲ ਨੇ ਉਹਨਾਂ ਵਿੱਚ ਵੱਡੀ ਮਾਤਰਾ ਵਿੱਚ ਇਹੀ ਪਾਈ ਜਾਣ ਲੱਗ ਗਈ ਹੈ ਫਟਕੜੀ, ਕਿਉਂਕਿ ਇਹਦਾ ਅਸਰ ਤੁਰੰਤ ਦਿਸਦਾ ਜੀ। ਯਾਨੀ ਕੁਝ ਚੀਜ਼ਾਂ ਨੇ ਜਿਹਨਾਂ ਦਾ ਜਿਵੇਂ ਆਪਾਂ ਗੱਲ ਕਰੀਏ ਹਲਦੀ ਖਾਣੀ ਹੈ ਜਾਂ ਤੁਸੀਂ ਪਿਆਜ਼ ਵਰਤਣਾ ਹੈ ਜਾਂ ਉਹਨਾਂ ਦਾ ਥੋੜੇ ਲੰਬੇ ਸਮੇਂ ਦੀ ਵਰਤੋਂ 'ਚ ਹੁੰਦਾ ਹੈ, ਪਰ ਬਲੀਡਿੰਗ ਰੋਕਣ ਲਈ ਇੰਸਟੈਂਟ ਇਫੈਕਟ ਜੇ ਤੁਸੀਂ ਲੈਣਾ ਹੋਵੇ, ਜਿਵੇਂ ਸ਼ੇਵਿੰਗ ਤੋਂ ਬਾਅਦ ਵੀ ਜਿਹੜਾ ਹੋਏ ਉਹ ਮੈਂ ਐਗਜੈਕਟ ਮਾਤਰਾ ਦੱਸੂਗੀ, ਕਿਉਂਕਿ ਵੱਧ ਮਾਤਰਾ ਨਾਲ ਇਹ ਚਮੜੀ ਸਾੜ ਵੀ ਦਿੰਦੀ ਹੈ। ਤੋ ਇਸ ਕਰਕੇ ਆਪਾਂ ਨੁਸਖੇ ਜਿਹੜੇ ਦਵਾਂਗੇ, ਮੈਂ ਚਾਹਾਂਗੀ ਕਿ ਜਾਂ ਤਾਂ ਪ੍ਰੋਗਰਾਮ ਦੁਬਾਰਾ ਸੁਣ ਲੈਣ, ਨਹੀਂ ਫਿਰ ਇਹਨੂੰ ਰਿਕਾਰਡਿਡ ਨੂੰ ਜਾਂ ਫਿਰ ਪੈਨਸਲ ਤੇ ਕਾਗਜ਼ ਚੁੱਕ ਲੈਣ, ਕਿਉਂਕਿ ਇਹ ਸਹੀ ਮਾਤਰਾ ਨਾਲ ਵਰਤੀ ਤਾਂ ਇਹ ਨੁਕਸਾਨ ਕਰ ਜਾਂਦੀ ਜੇ। ਯਾਨੀ ਇਹ ਸ਼ੇਵ ਕਰਨ ਤੋਂ ਬਾਅਦ ਜਿਵੇਂ ਮੈਂ ਦੱਸਿਆ ਹਲਕੇ ਹਲਕੇ ਜ਼ਖਮ ਵੀ ਜਿਹੜੇ ਹੋ ਗਏ ਹੋਣ, ਜੇ ਉਹਨਾਂ ਤੇ ਫਟਕੜੀ ਪ੍ਰੋਪਰ ਲਾ ਲਈ ਜਾਵੇ ਤਾਂ ਉਹ ਵੀ ਗਿੱਲਾ ਕਰਕੇ ਫਟਕੜੀ ਨੂੰ ਜਿਵੇਂ ਪੋਲਾ ਪੋਲਾ ਇਸ ਤਰ੍ਹਾਂ ਮਲ ਲਿਆ ਜਾਵੇ ਤਾਂ ਜ਼ਖਮ ਇਕਦਮ ਬਲੀਡਿੰਗ ਵੀ ਬੰਦ ਹੁੰਦੀ ਹੈ ਤੇ ਉਹਦਾ ਦਾਗ ਵੀ ਨਹੀਂ ਰਹਿੰਦਾ। ਗਲਾ ਪੱਕਣ ਲਈ ਮੈਂ ਜ਼ਰੂਰ ਦੱਸ ਦਿਆਂ, ਕਿਉਂਕਿ ਇਹ ਅਸੀਂ ਕੋਵਿਡ ਦੌਰਾਨ ਵਰਤਿਆ ਵੀ ਜੇ, ਭਾਵੇਂ ਤੁਸੀਂ ਮੈਨੂੰ ਕਹੋਗੇ ਕਿ ਇਹ ਕਿਉਂ ਇਹੋ ਜਿਹੇ ਨੁਸਖੇ ਦੱਸ ਰਹੀ ਹੈ ਜਿਹੜੇ ਕਿ ਸਾਨੂੰ ਟ੍ਰੀਟਮੈਂਟ ਫਾਇਦਾ ਡਾਕਟਰ ਦਿੰਦੇ ਨੇ, ਪਰ ਅਸੀਂ ਕੋਵਿਡ ਦੌਰਾਨ ਬਹੁਤ ਸਾਰੇ ਬੱਚਿਆਂ ਨੂੰ ਵੀ ਇਹ ਕਿਹਾ ਤੇ ਉਹਨਾਂ ਦੀਆਂ ਮਦਰਸ ਨੂੰ ਵੀ ਕਿ ਤੁਸੀਂ ਕੋਈ ਵੀ ਦਵਾਈ ਨਾ ਲੈਣਾ, ਸਿਰਫ ਕੋਸੇ ਪਾਣੀ ਵਿੱਚ ਇੰਨਾ ਕੁ ਟੋਟਾ ਬਿਲਕੁਲ ਬਰੀਕ ਜਿਹਾ ਤੇ ਉਹ ਪਟਕੜੀ ਦਾ ਘੋਲ ਕੇ ਤੇ ਤੁਸੀਂ ਗਰਾਰੇ ਵੀ ਕਰ ਲਓ, ਇਕਦਮ ਤੁਹਾਨੂੰ ਲੱਗੇਗਾ ਗਲੇ 'ਚ ਕੁਛ ਲੱਗ ਰਿਹਾ, ਤੇ ਉਸ ਤੋਂ ਬਾਅਦ ਚੂਲੀਆਂ ਵੀ ਕਰ ਲਓ, ਦਿਨ 'ਚ 2 ਵਾਰ ਕਰੋ ਤੇ ਉਹ ਐਡਾ ਜ਼ਬਰਦਸਤ ਐਂਟੀਸੈਪਟਿਕ ਬਣ ਕੇ ਇਹ ਉਭਰਿਆ ਕਿ ਬਿਨਾਂ ਦਵਾਈ ਦੇ ਹੀ ਬਥੇਰੇ ਕੋਵਿਡ ਘਰ 'ਚ ਬੈਠੇ ਆਰਾਮ ਨਾਲ ਠੀਕ ਹੋ ਗਏ। ਸੋ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਕਈ ਵੀਡੀਓਜ਼, ਕਿਉਂਕਿ ਉਦੋਂ ਅਸੀਂ ਚੜ੍ਹਾਈ ਸੀ ਇਹ ਵੀਡੀਓ ਕਿ ਜਿਹੜੇ ਘਰ ਬੈਠੇ ਨੇ ਸਟ੍ਰੈਸ ਨਾ ਲੈਣ ਤੇ ਤੁਸੀਂ ਇਹ ਵਰਤ ਲਓ, ਤੇ ਬੜਿਆਂ ਨੇ ਵਰਤਿਆ ਤੇ ਫਿਰ ਸਾਨੂੰ ਕਿਹਾ ਵੀ ਸਾਨੂੰ ਫਾਇਦਾ ਹੋਇਆ। ਸੋ ਇਸ ਤਰ੍ਹਾਂ ਦੇ ਜਿਹੜੇ ਮਸੂੜਿਆਂ ਦੀ ਸੋਜਿਸ਼ ਲਈ ਜਾਂ ਪੈਕਸ ਜਿਹੜੇ, ਮੈਂ ਉਹਨਾਂ ਦੇ ਜ਼ਰੂਰ ਹੁਣ ਦੱਸਾਂਗੀ ਕਿ ਕਿੰਨੇ ਮਾਤਰਾ ਵਿੱਚ ਕਿਵੇਂ ਵਰਤਣ, ਕਿਉਂਕਿ ਜਿੰਨੇ ਕੁ ਇਸ ਵੇਲੇ ਤੁਸੀਂ ਨੋਟ ਕਰੋਗੇ ਮਾਰਕੀਟ ਵਿੱਚ ਸਕ੍ਰਬਸ ਅਵੇਲੇਬਲ ਨੇ ਫੇਸ ਵਾਸਤੇ, ਦਾਗਾਂ ਵਾਸਤੇ, ਉਹਨਾਂ ਲਗਭਗ 90% ਵਿੱਚ ਫਟਕੜੀ ਹੀ ਪਾਈ ਜਾਂਦੀ ਹੈ, ਜਿਸ ਨਾਲ ਉਹਦੇ ਮਰੇ ਹੋਏ ਸੈੱਲ ਚਮੜੀ ਦੇ ਉਤਰ ਜਾਂਦੇ ਨੇ ਤੇ ਫਿਰ ਉਹ ਰਵਾਨੀ ਜਿਵੇਂ ਚਿਹਰੇ ਦੀ ਤੁਹਾਡੀ ਵਾਪਸ ਆ ਜਾਂਦੀ ਹੈ, ਚਿਹਰੇ ਦੀ ਰੌਣਕ ਵਾਪਸ ਆ ਜਾਂਦੀ ਹੈ ਤੇ ਵਾਧੂ ਤੇਲ ਵੀ ਨਿਕਲ ਜਾਂਦਾ ਹੈ। ਸੋ ਕਿੱਲ ਮੁਹਾਸਿਆਂ ਲਈ ਤਾਂ ਇਹ ਮਤਲਬ ਡਾਕਟਰਾਂ ਕੋਲ ਫੀਸ ਦੇਣ ਦੀ ਲੋੜ ਨਹੀਂ। ਸੋ ਇਹ ਜਿਹੜੇ ਨੁਸਖੇ ਨੇ, ਕਿਉਂਕਿ ਉਹਨਾਂ ਵਿੱਚ ਦੰਦਾਂ ਦੀ ਖੋੜਾਂ ਦੇ ਲਈ ਬਹੁਤ, ਮੈਂ ਇਸ ਕਰਕੇ ਗੱਲ ਕਰਨ ਲੱਗੀ ਹਾਂ ਕਿ ਦੰਦਾਂ ਦਾ ਇਲਾਜ ਓਵਰਸੀਜ਼ ਬਹੁਤ ਮਹਿੰਗਾ ਜੇ, ਸੋ ਇਸੇ ਕਰਕੇ ਦੰਦਾਂ ਦੀਆਂ ਖੋੜਾਂ ਹੋਣ ਜਾਂ ਮਸੂੜਿਆਂ ਦੀ ਸੋਜਿਸ਼ ਜਾਂ ਉਸ ਚੋਂ ਪੀਕ ਆਉਂਦੀ ਹੋਏ ਬਲੀਡਿੰਗ ਹੋ ਰਹੀ ਹੋਵੇ ਤਾਂ ਇਹ ਤੁਸੀਂ ਰੈਗੂਲਰ ਤੌਰ ਤੇ ਸਵੇਰੇ ਸ਼ਾਮ ਜੇ ਇਹਦੀਆਂ ਚੂਲੀਆਂ ਕੋਸੇ ਪਾਣੀ ਚ ਕਰਦੇ ਰਹੋ ਤਾਂ ਉਸ ਵੇਲੇ ਤੁਹਾਨੂੰ ਅਜੀਬ ਜਿਹਾ ਡਰਾਈਨੈਸ ਜਿਹਾ ਤਾਂ ਜ਼ਰੂਰ ਫੀਲ ਹੋਏਗਾ,
ਪਰ ਬਲੀਡਿੰਗ ਤਾਂ ਇਮੀਡੀਏਟਲੀ ਰੋਕ ਕੇ ਸੋਜਿਸ਼ ਵਗੈਰਾ ਸਾਰੀ ਠੀਕ ਕਰਕੇ ਦਰਦ ਵੀ ਕਾਫੀ ਹੱਦ ਤੱਕ ਘਟਾ ਦਿੰਦੀ ਹੈ। ਸੋ ਇੱਥੋਂ ਤੱਕ ਕਿ ਜਿਹੜੇ ਅਣਚਾਹੇ ਵਾਲ ਹੋਣ ਉਹ ਵੀ ਜੇ ਤੁਸੀਂ ਘੋਲ ਕੇ ਥੋੜੀ ਜਿਹੀ ਪਾਣੀ ਚ ਹਲਕਾ ਜਿਹਾ ਕਰਕੇ ਤੇ ਉਹਨੂੰ ਵੀ ਤੁਸੀਂ ਹਲਕਾ ਹਲਕਾ ਜਿਵੇਂ ਮਸਾਜ ਜਿੱਥੇ ਹੇਅਰ ਐਕਸੈਸ ਹੋਣ ਜੇ ਕਰੋ, ਪੋਲਾ ਪੋਲਾ ਕਰਨਾ ਜੇ ਚਮੜੀ ਨਾਲ ਲਾ ਦਿਓ, ਤੇ ਰੈਗੂਲਰ, ਇਹ ਨਹੀਂ ਕਿ ਇੱਕ ਵਾਰ ਲਾਇਆ ਤੇ ਤੁਸੀਂ ਠੀਕ ਹੋ ਗਿਆ। ਰੈਗੂਲਰ ਵਰਤੋਂ ਕਰੋਗੇ ਤਾਂ ਇਹ ਹੌਲੀ ਹੌਲੀ ਉੱਥੋਂ ਵਾਲ ਝੜਨ ਲੱਗ ਜਾਂਦੇ ਨੇ। ਸੋ ਕਿਰਪਾ ਕਰਕੇ ਸਿਰ ਤੇ ਨਾ ਲਾ ਲਿਓ, ਕਹੋ ਤੁਸੀਂ ਕਿਉਂ ਵਾਲ ਨਹੀਂ ਰਹੇ ਸਿਰ ਤੇ। ਜੀ ਬਿਲਕੁਲ, ਸਿਰ ਤੇ ਨਹੀਂ ਵਰਤਣੀ ਹੈਗੀ। ਹਾਂਜੀ ਬਿਲਕੁਲ। ਲਓ ਜੀ, ਮੈਂ ਕਵਾਂਗੀ ਸਭ ਨੂੰ ਕਿ ਤੁਸੀਂ ਕਾਪੀ ਪੈਨਸਲ ਚੁੱਕ ਲਵੋ ਤੇ ਜਾਂ ਫਿਰ ਪ੍ਰੋਗਰਾਮ ਦੁਬਾਰਾ ਦੇਖ ਲੈਣਾ। ਇਹ ਨੁਸਖੇ ਬਿਲਕੁਲ ਫੋਨ ਤੇ ਨਾ ਪੁੱਛਿਓ, ਨਾ ਮੈਂ ਦੱਸਣੇ ਜੇ ਦੁਬਾਰਾ, ਤੇ ਨਾ ਹੀ ਤੁਸੀਂ ਦੱਸਿਓ, ਕਿਉਂਕਿ ਲੋਕ ਸੋਚਦੇ ਨੇ ਅੱਧਾ ਪ੍ਰੋਗਰਾਮ ਸੁਣ ਲਈਏ, ਅੱਧਾ ਵੈਸੇ ਹੀ ਫੋਨ ਕਰਕੇ ਪੁੱਛ ਲੈਣੇ। ਸੋ ਕੋਸ਼ਿਸ਼ ਕਰੋ ਕਿ ਜੇ ਨੱਕ ਚੋਂ ਲਹੂ ਵਗਦਾ ਹੋਵੇ, ਆਮ ਜੇ ਬੱਚਿਆਂ ਵਿੱਚ ਕਾਫੀ ਕਾਮਨ ਜੇ, ਵੈਸੇ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਜੇ ਤੁਸੀਂ ਟੈਸਟ ਕਰਵਾ ਲਵੋ, ਐਕਸਰੇ ਕਰਾ ਲਵੋ, ਕੋਈ ਬਲੀਡਿੰਗ ਡਿਸਆਰਡਰ ਨਾ ਹੋਵੇ, ਉਹ ਨਾ ਆਪਾਂ ਰਿਸਕ ਲਈਏ, ਤਾਂ ਫਿਰ ਨਹੀਂ ਤਾਂ ਫਟਕੜੀ ਨੂੰ ਠੰਡੇ ਪਾਣੀ ਵਿੱਚ ਪਾ ਕੇ, ਰੂਹ ਵਿੱਚ ਇਸ ਤਰ੍ਹਾਂ ਡੁਬੋ ਕੇ, ਉਹਦਾ ਉਹ ਪੈਕ ਜਿਹਾ ਬਣਾ ਕੇ, ਜੇ ਤੁਸੀਂ ਇਸ ਤਰ੍ਹਾਂ ਨੱਕ ਦੇ ਵਿੱਚ ਜੇ ਇਸ ਤਰ੍ਹਾਂ ਥੋੜੀ ਕੁ ਦੇਰ ਲਈ ਅੰਦਰ ਪਾ ਲਵੋ ਤਾਂ ਉਹ ਇਮੀਡੀਏਟਲੀ ਬਲੀਡਿੰਗ ਰੁਕ ਜਾਂਦੀ ਜੇ। ਇਹ ਕਾਫੀ ਟਰਾਈਡ ਹੈ, ਅਸੀਂ ਐਮਰਜੈਂਸੀਜ਼ ਦੇ ਵਿੱਚ ਵੀ ਇਹਨੂੰ ਟਰਾਈ ਕਰਕੇ ਦੇਖਿਆ, ਬਲੀਡਿੰਗ ਬਜਾਏ ਕਿ ਟੀਕੇ ਲਾਈਏ ਜਾਂ ਹੋਰ ਕੁਛ ਕਰੀਏ, ਇਹ ਇਫੈਕਟਿਵ ਹੈ। ਅਨਲੈਸ ਕਿ ਤੁਸੀਂ ਮੇਜਰ ਐਕਸੀਡੈਂਟ, ਕੁਛ ਬਹੁਤ ਜ਼ਿਆਦਾ ਹੱਡੀ ਟੁੱਟ ਗਈ, ਹੋਰ ਚੀਜ਼ਾਂ ਹੋ ਰਹੀਆਂ ਨੇ, ਤਾਂ ਨਾਲ ਐਡੀਸ਼ਨਲ ਟ੍ਰੀਟਮੈਂਟ ਲੈਣ ਦੀ ਲੋੜ ਹੈ, ਵਰਨਾ ਇੰਨੇ ਕੁ ਨਾਲ ਫਰਕ ਪੈ ਜਾਂਦਾ ਜੇ। ਹੁਣ ਜੇ ਮੂੰਹ ਵਿੱਚ ਬਦਬੂ ਆ ਰਹੀ ਹੋਵੇ ਤਾਂ 1 ਗ੍ਰਾਮ ਫਟਕੜੀ ਤੇ 1 ਚੂੰਡੀ ਸਿਰਫ ਕਾਲਾ ਲੂਣ ਜੀ, ਯਾਨੀ 1 ਗ੍ਰਾਮ ਫਟਕੜੀ, ਫੁੱਲ ਫਟਕੜੀ ਜਿਹਨੂੰ ਤੁਸੀਂ ਤਵੇ ਤੇ ਰੱਖ ਦਿਓ ਤੇ ਉਹ ਇੱਕਦਮ ਹਲਕੇ ਜੇ ਗਰਮ ਚ ਵੀ ਇੱਕਦਮ ਫੁੱਲ ਜਾਂਦੀ ਹੈ, ਉਹਨੂੰ ਫੁੱਲ ਫਟਕੜੀ ਕਹਿੰਦੇ ਆ, ਵੀ ਪਾਊਡਰ ਬਣ ਜਾਂਦਾ। ਸੋ 1 ਗ੍ਰਾਮ ਫਟਕੜੀ ਤੇ 1 ਚੂੰਡੀ ਕਾਲਾ ਨਮਕ ਜਦੋਂ ਕੋਸੇ ਪਾਣੀ ਦੇ 1 ਗਿਲਾਸ ਅੱਧੇ ਕੁ ਦੇ ਵਿੱਚ ਘੋਲ ਕੇ ਜੇ ਉਹਨੂੰ ਚੂਲੀਆਂ ਸ਼ੁਰੂ ਕਰ ਦਿਓ ਤਾਂ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਮੂੰਹ ਦੀ ਸਮੈਲ ਸਾਰੀ ਠੀਕ ਹੋ ਸਕਦੀ ਹੈ ਬਿਨਾਂ ਦਵਾਈ ਦੇ। ਹੁਣ ਜੇ ਜਿਵੇਂ ਮੈਂ ਦੱਸਿਆ ਸੀ ਮਸੂੜਿਆਂ ਚੋਂ ਲਹੂ ਵਗਦਾ ਹੋਏ, ਉਹਦੇ ਲਈ ਜੇ ਤਾਂ ਜਿਵੇਂ ਮੈਂ ਦੱਸਿਆ ਸਿੰਪਲੀ ਜੇ ਥੋੜਾ ਜਿਹਾ ਹੀ ਹੈ ਤਾਂ ਉਸੇ ਤਰ੍ਹਾਂ ਹੀ ਤੁਹਾਡੀ ਸਿੱਧਾ ਹੀ ਹੋ ਜਾਏਗਾ, ਪਰ ਜੇ ਤੁਹਾਨੂੰ ਲੱਗੇ ਵੀ ਰੈਗੂਲਰ ਹੀ ਆਈ ਜਾਂਦਾ ਪਿਆ, ਜੇ ਮਸੂੜਿਆਂ ਚੋਂ ਬਰੱਸ਼ ਕਰਦੇ ਹੋ ਹਰ ਵਾਰ ਆ ਰਿਹਾ, ਇਹਦਾ ਮਤਲਬ ਹੈ ਮਸੂੜਿਆਂ ਚ ਸੋਜਿਸ਼ ਹੋ ਚੁੱਕੀ ਹੈ, ਪੀਕ ਪੈ ਰਹੀ ਹੈ। ਸੋ ਉਹ ਜਿਹੜੀ ਆ ਉਹਦੇ ਚ 1 ਗ੍ਰਾਮ ਫਟਕੜੀ ਲਓ, ਉਹਦੇ ਵਿੱਚ ਫਿਰ ਇਸੇ ਤਰ੍ਹਾਂ 1 ਚੂੰਡੀ ਕਾਲਾ ਲੂਣ ਪਾ ਕੇ ਤੇ ਨਾਲ 1 ਚੂੰਡੀ ਦਾਲ ਚੀਨੀ ਦੀ ਪੇਸਟ, ਇਹ ਪੋਲਾ ਪੋਲਾ ਇਸੇ ਤਰ੍ਹਾਂ ਅੰਦਰ ਮਸੂੜਿਆਂ ਤੇ ਮਸਾਜ ਇੰਝ ਗੋਲ ਗੋਲ ਘੁਮਾ ਕੇ ਇਸ ਤਰ੍ਹਾਂ ਸਾਰੇ ਅੰਦਰ ਕਰਨਾ ਜੇ ਦੋਨੋ ਪਾਸੇ, ਤੇ ਉਹ ਤੁਸੀਂ ਮਾਲਿਸ਼ ਜਿਹੜੀ ਕਰਨੀ ਹੈ ਉਹ ਲਗਭਗ ਤੁਸੀਂ 5 ਮਿੰਟ ਬਾਏ ਵਾਚ, ਉਸ ਤੋਂ ਘੱਟ ਨਹੀਂ, ਤਾਂ ਕਿ ਸਾਰੇ ਉੱਪਰਲੇ ਹੇਠਲੇ ਸਾਰੇ ਟੋਟਲ ਮਸੂੜਿਆਂ ਦੀ ਦੋਨੋ ਪਾਸੇ ਮਸਾਜ ਕਰਦੇ ਰਹੋ, ਤਾਂ ਉਹ ਉਸ ਤੋਂ ਬਾਅਦ ਫਿਰ ਤੁਸੀਂ ਚੂਲੀਆਂ ਅੱਛੀ ਤਰ੍ਹਾਂ ਕਰਕੇ ਉਹ ਸਾਰਾ, ਤਾਂ ਕਿ ਮੂੰਹ ਚ ਨਾ ਕੁਛ ਵੀ ਰਹੇ, ਵਾਸ਼ ਕਰੋ, ਤਾਂ ਇਹਦੇ ਨਾਲ ਵੀ ਤੁਹਾਨੂੰ 3 ਕੁ ਦਿਨ ਅੰਦਰ ਬਹੁਤ ਫਾਇਦਾ ਦਿਸੇਗਾ। ਹੁਣ ਜੇ ਅੱਡੀਆਂ ਫਟ ਗਈਆਂ ਹੋਣ ਤਾਂ ਪੇਸਟ ਆਉਂਦੀ ਜੀ ਜਿਹਦੇ ਚ ਫਟਕੜੀ ਪਾਈ ਜਾਣ ਲੱਗ ਗਈ, ਪਰ ਉਹ ਵੀ ਮੈਂ ਤੁਹਾਨੂੰ ਘਰੇਲੂ ਨੁਸਖਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸਾਰਿਆਂ ਦੀ, ਅੱਡੀਆਂ ਪਟੜੀਆਂ ਜਿਹੜੀਆਂ। ਹਾਂਜੀ ਹਾਂਜੀ, ਤੇ ਡਾਇਬਿਟਿਕਸ ਖਾਸ ਤੌਰ ਤੇ ਜਿਹੜੇ ਹੋਣ ਉਹਨਾਂ ਨੂੰ ਕਈ ਸੀਰੀਅਸ ਪ੍ਰੋਬਲਮਸ ਵੀ ਹੋ ਸਕਦੀਆਂ ਨੇ, ਸੋ ਉਹਨਾਂ ਲਈ ਰੈਗੂਲਰ ਫੁੱਟ ਕੇਅਰ ਤਾਂ ਨਾਲ ਕਰਨਾ ਹੀ ਕਰਨਾ ਜੇ, ਪਰ ਇਹ ਚੀਜ਼ਾਂ ਜਿਹੜੀਆਂ ਆਮ ਤੁਹਾਡੀਆਂ ਅੱਡੀਆਂ ਜਾਂ ਬਿਆਈਆਂ ਪੈਣ ਲੱਗ ਜਾਣ ਉਹਨਾਂ ਚ ਕਾਫੀ ਅਸਰਦਾਰ ਏ। ਇਹ ਫਟਕੜੀ ਉਸੇ ਤਰ੍ਹਾਂ ਭੁੰਨ ਕੇ ਜਿਵੇਂ ਮੈਂ ਹੁਣੇ ਦੱਸਿਆ ਫੁੱਲ ਫਟਕੜੀ ਹੀ ਵਰਤਣੀ ਚਾਹੀਦੀ ਜੇ, ਉਹਦਾ ਪਾਊਡਰ ਬਣਾ ਕੇ ਵਰਜਨ ਕੋਕੋਨਟ ਆਇਲ, ਇਹ ਤਾਂ ਇੱਕ ਦੇਸ਼ ਕੀਮਤੀ ਸਾਨੂੰ ਕੁਦਰਤ ਨੇ ਵੀ ਸੁਗਾਤ ਦਿੱਤੀ, ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਅਗਲੀ ਵਾਰ ਵੀ ਕਿਸੇ ਪ੍ਰੋਗਰਾਮ ਵਿੱਚ, ਕਿਉਂਕਿ ਜੇ ਅਸੀਂ ਬਾਗ ਚੋਂ ਜਿਵੇਂ ਸਾਡੇ ਸਰੋਤੇ ਜਾਦੂਈ ਅਸਰ ਭਾਲਦੇ ਨੇ ਨਾ, ਉਹਦੇ ਵਿੱਚੋਂ ਲੱਭ ਜਾਏਗਾ ਵਰਜਿਨ ਕੋਕੋਨਟ ਆਇਲ, ਤੇ ਇਹਨੂੰ ਮਿਕਸ ਕਰਕੇ ਫਿਰ ਪੋਲੀ ਪੋਲੀ ਅੱਡੀਆਂ ਦੇ ਉੱਤੇ ਮਸਾਜ ਕਰੋ, ਦਿਨ ਵਿੱਚ 3 ਜਾਂ 4 ਵਾਰ ਕਰਨੀ ਪਏਗੀ, ਤੇ 3-4 ਦਿਨਾਂ ਵਿੱਚ ਹੀ
ਤੁਹਾਨੂੰ ਇਹ ਅੱਡੀਆਂ ਠੀਕ ਹੋਈਆਂ ਜਾਪਣਗੀਆਂ, ਤੁਸੀਂ ਆਪ ਹੀ ਕਹੋਗੇ ਵੀ ਵਾਹ ਕਮਾਲ। ਪਰ ਦੇਖੋ ਜੀ, ਮੈਂ ਅਗਲੀਆਂ ਸਾਰੇ ਨੁਸਖੇ ਹੋਰ ਦੱਸਣ ਤੋਂ ਪਹਿਲਾਂ ਇਹ ਕਹਿ ਦਿੰਦੀ ਹਾਂ, ਜੇ ਵਾਕਈ ਅਸਰ ਲੈਣਾ, ਜੇ ਲੰਮੇ ਸਮੇਂ ਤੱਕ ਲੈਣਾ, ਜੇ ਪ੍ਰੋਗਰਾਮ ਸ਼ੇਅਰ ਕਰਨਾ ਪੈਣਾ, ਤਾਂ ਕਿ ਘੱਟੋ ਘੱਟ 2-3 ਹੋਰ ਬੰਦਿਆਂ ਦਾ ਫਾਇਦਾ ਹੋਵੇ, ਫੇਰ ਹੀ ਵਧੀਆ ਅਸਰ ਹੁੰਦਾ ਜੇ। ਜੀ ਬਿਲਕੁਲ। ਇੰਜੀ ਜੇ ਦਾੜੀ ਸ਼ੇਵ ਕਰਨ ਲੱਗਿਆ, ਜਿਵੇਂ ਮੈਂ ਦੱਸਿਆ ਸੀ ਤੁਹਾਨੂੰ, ਤੇ ਉਸੇ ਤਰ੍ਹਾਂ ਜੇ ਤੁਸੀਂ ਕਿਸੇ ਨੇ ਹੇਅਰ ਰਿਮੂਵ ਕੀਤੇ ਹੋਣ, ਤਾਂ ਉਹ ਪੇਨ ਜਾਂ ਤੁਸੀਂ ਦੇਖਦੇ ਹੋ ਵੀ ਕਾਫੀ ਹੁੰਦੀ ਹੈ, ਧੱਫੜ ਵਗੈਰਾ ਪੈ ਜਾਂਦੇ ਨੇ, ਉਦੋਂ ਵੀ ਤੁਸੀਂ ਅਜਿਹੀ ਥਾਂ ਤੇ ਪਟਕੜੀ ਦਾ ਟੋਟਾ ਹਲਕਾ ਜਿਹਾ ਲੈ ਕੇ ਉਹਨੂੰ ਪਾਣੀ ਚ ਕੋਸੇ ਚ ਭਿਉਂ ਕੇ ਪੋਲਾ ਪੋਲਾ ਜੇ ਤੁਸੀਂ ਮਸਾਜ ਕਰ ਲਵੋ, ਤਾਂ ਉਹ ਤੁਹਾਡੇ ਲਹੂ ਵੀ ਉੱਥੋਂ ਨਹੀਂ ਸਿਮਦਾ, ਸੋਜਿਸ਼ ਵੀ ਠੀਕ ਹੋ ਜਾਂਦੀ ਹੈ, ਤੇ ਇਨਫੈਕਸ਼ਨ ਹੋਣ ਦੇ ਚਾਂਸਿਸ ਲਗਭਗ ਨੈਗਲੀਜੀਬਲ ਹੋ ਜਾਂਦੇ ਨੇ। ਸੋ ਇਹ ਕਾਫੀ ਵਧੀਆ ਅਸਰ ਦਿੰਦੀ ਹੈ। ਹੁਣ ਇੱਕ ਹੋਰ ਬਹੁਤ ਅਹਿਮ ਗੱਲ, ਸਾਡੇ ਕੋਲ ਅੰਡਰ ਆਰਮਸ ਲਈ ਬਹੁਤ ਅਲੱਗ ਅਲੱਗ ਕਿਸਮਾਂ ਦੀਆਂ ਮਹਿੰਗੀਆਂ ਸਾਡੇ ਕੋਲ ਸਪਰੇਜ਼ ਤੋਂ ਲੈ ਕੇ ਰੋਲ ਆਨਸ ਤੋਂ ਲੈ ਕੇ ਬਹੁਤ ਕੁਛ ਜੇ। ਬਿਲਕੁਲ ਜੀ, ਬਹੁਤ ਕੁਛ ਹੈ। ਹਾਂਜੀ, ਇੱਕ ਵਾਰੀ ਟਰਾਈ ਕਰਕੇ ਦੇਖਿਓ ਕਿ ਜੇ ਇਸੇ ਤਰ੍ਹਾਂ ਸਮੈਲੀ ਹੋਣ, ਤਾਂ ਉਹਨਾਂ ਲਈ ਇੱਕ ਫਟਕੜੀ ਦਾ ਛੋਟਾ ਜਿਹਾ ਟੋਟਾ ਲੈ ਕੇ ਨਾ ਉਹਨੂੰ ਰੂੰ ਦੇ ਉੱਤੇ ਹੀ ਭਾਵੇਂ ਰੱਖ ਕੇ ਗਿੱਲਾ ਕਰਕੇ ਉਹਨੂੰ ਜੇ ਪੋਲਾ ਪੋਲਾ ਇਸ ਤਰ੍ਹਾਂ ਯਾਨੀ ਖਿੱਚਣੀ, ਦੇਖੋ ਮੈਂ ਹਰ ਚੀਜ਼ ਪੋਲਾ ਕਹਿ ਰਹੀ ਹਾਂ, ਕਿਤੇ ਚਮੜੀ ਰਗੜ ਕੇ ਨਾ ਲਾ ਦਿਓ। ਬਿਲਕੁਲ ਜੀ, ਕਿਉਂਕਿ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ। ਹਾਂਜੀ ਜੀ ਬਿਲਕੁਲ, ਜੇ ਪੋਲਾ ਪੋਲਾ ਉਹਨੂੰ ਰਗੜ ਦਿਓਗੇ, ਉੱਥੋਂ ਦੇ ਸਾਰੇ ਕੀਟਾਣੂ ਜੋ ਸਮੈਲ ਕਰ ਰਹੇ ਨੇ ਟੋਟਲੀ ਚਲੇ ਜਾਣਗੇ। ਹਲਕੀ ਜੀ ਡਰਾਈਨੈਸ ਇੱਕ ਵਾਰ ਤੁਹਾਨੂੰ ਫੀਲ ਹੁੰਦੀ ਜੇ, ਪਰ ਉਹ ਤੁਹਾਡੀ ਆਪਣੀ ਚਮੜੀ ਦਾ ਹੀ ਨੈਚੁਰਲ ਆਇਲ ਨਿਕਲ ਕੇ ਹੌਲੀ ਜਿਹਾ ਉਹਨੂੰ ਠੀਕ ਕਰ ਲੈਂਦਾ ਜੇ। ਬਹੁਤ ਸਾਰੇ ਮੈਂ ਪਹਿਲਾਂ ਦੱਸਦਿਆਂ, ਜਿੰਨੇ ਵੀ ਇਸ ਵੇਲੇ ਅੰਡਰ ਆਰਮਸ ਲਈ ਕੋਈ ਪਾਊਡਰਸ ਅਵੇਲੇਬਲ ਨੇ ਜਾਂ ਕੋਈ ਮੈਡੀਕੇਟਡ ਨੇ ਪਾਊਡਰਸ, ਹਰ ਇੱਕ ਦੇ ਵਿੱਚ ਧਿਆਨ ਨਾਲ ਪੜ੍ਹ ਲਿਓ, ਕੰਟੈਂਟਸ ਦੇ ਵਿੱਚ ਇਹੀ ਲਿਖਿਆ ਕਿ ਉਹਨਾਂ ਨੇ ਫੁੱਲ ਫਟਕੜੀ ਕਰਕੇ ਪਾਈ ਹੋਈ ਹੈ। ਸੋ ਉਸੇ ਦੀ ਥਾਂ ਤੇ ਜਿਵੇਂ ਮੈਂ ਕਹਿ ਰਹੀ ਹਾਂ ਕਿ ਤਵੇ ਦੇ ਉੱਤੇ ਰੱਖ ਕੇ ਤੁਸੀਂ ਜਿਵੇਂ ਜੇ ਇਸ ਤਰ੍ਹਾਂ ਨਹੀਂ ਰਗੜਨੀ, ਤਾਂ ਤਵੇ ਦੇ ਉੱਤੇ ਰੱਖ ਕੇ ਤੁਸੀਂ ਇਹਨੂੰ ਫੁੱਲ ਫਟਕੜੀ ਕਰਕੇ ਗਿੱਲੇ ਕੋਸੇ ਪਾਣੀ ਚ ਡੁਬੋਇਆ ਹੋਇਆ ਕਾਟਨ ਜਿਹੜਾ ਉਹਦੇ ਉੱਤੇ ਰੱਖ ਕੇ ਵੀ ਤੁਸੀਂ ਇਹਨੂੰ ਲਾ ਸਕਦੇ ਹੋ। ਪਰ ਇੱਕ ਖਿਆਲ ਰੱਖਿਓ, ਦਿਨ ਚ 3 ਵਾਰ ਵੀ ਨਹੀਂ ਲਾਣੀ ਤੇ ਰੋਜ਼ ਵੀ ਨਹੀਂ ਲਾਣੀ। ਸਟਰੋਂਗ ਤੋਂ ਸਿਰਫ ਕਿਉਂਕਿ ਉਹ ਇੰਨੀ ਤਗੜੀ ਐਂਟੀਸੈਪਟਿਕ ਹੈ ਕਿ ਇੱਕ ਦਿਨ ਛੱਡ ਕੇ ਇਹਨੂੰ ਲਾਇਆ ਜਾਵੇ ਤਾਂ ਬੈਟਰ ਹੈ, ਕਿਉਂਕਿ ਉਹ ਇੰਨਾ ਫਾਈਨ, ਇੱਕ ਫਟਕੜੀ ਦੇ ਨਿੱਕੇ ਟੋਟੇ ਵਿੱਚੋਂ ਵੀ ਉਹ 10-12 ਕਰੀਮਾਂ ਬਣਾ ਲੈਂਦੇ ਨੇ, ਰੋਲ ਆਨਸ ਬਣਾ ਲੈਂਦੇ ਨੇ। ਸੋ ਸੋਚ ਲਓ ਕਿ ਉਹਨਾਂ ਛੋਟਾ ਸਾਡੇ ਕੋਲੋਂ ਬਣਨਾ ਹੀ ਨਹੀਂ ਵੀ ਜਿੰਨਾ ਕੁ ਲਾਣਾ। ਸੋ ਇਹਨੂੰ ਇੱਕ ਦਿਨ ਛੱਡ ਕੇ ਵੀ ਵਰਤ ਲਿਆ ਜਾਏ ਤਾਂ ਉਹਨਾਂ ਬਹੁਤ ਅਸਰਦਾਰ, ਵੱਧ ਨਹੀਂ ਲਾਣਾ ਚਾਹੀਦਾ। ਹੁਣ ਇੱਕ ਆਮ ਗੱਲ ਹੈ, ਤੁਹਾਡੇ ਨੱਕ ਦੇ ਉੱਤੇ ਇੱਥੇ ਬਲੈਕ ਹੈਡਸ ਹੋਣ, ਬਿਲਕੁਲ ਜੀ, ਉਹ ਬਿਲਕੁਲ ਉਹ ਬੜੀ ਪੇਨਫੁਲ ਤਰੀਕਾ ਜੇ ਉਹ ਵੀ ਪੁੱਟਣ ਦਾ। ਸੋ ਜੀ ਬਿਲਕੁਲ, ਜੇ ਗੁਲਾਬ ਜਲ ਦੇ ਵਿੱਚ ਅੱਧਾ ਕੁ ਚਮਚਾ ਗੁਲਾਬ ਜਲ ਲੈ ਕੇ ਤੇ ਵਿੱਚ ਫਟਕੜੀ ਇਸੇ ਤਰ੍ਹਾਂ ਤੁਸੀਂ ਫੁੱਲ ਫਟਕੜੀ ਕਰਕੇ ਪੇਸਟ ਬਣਾ ਕੇ ਉਹਨੂੰ ਨੱਕ ਉੱਤੇ ਇਸ ਤਰ੍ਹਾਂ ਪੋਲਾ ਪੋਲਾ ਦੋਨੋਂ ਪਾਸੇ, ਫਿਰ ਇੱਧਰੋਂ ਇੱਕ ਪਾਸੇ, ਫਿਰ ਇੱਧਰੋਂ ਇੰਝ ਪੋਲਾ ਪੋਲਾ ਜੇ ਰਗੜ ਦਓ 2 ਮਿੰਟ ਹੀ ਬਹੁਤ ਜੇ, ਤਾਂ ਉਹ ਉਸ ਤੋਂ ਬਾਅਦ ਉਹਨੂੰ ਸੁੱਕ ਜਾਣ ਤੱਕ ਲੱਗੀ ਰਹਿਣ ਦੇਣਾ, ਯਾਨੀ ਉਹਨੂੰ ਉਸੇ ਵੇਲੇ ਨਹੀਂ ਧੋ ਦੇਣਾ। 2 ਮਿੰਟ ਸਿਰਫ ਇਸ ਤਰ੍ਹਾਂ ਪੋਲਾ ਪੋਲਾ ਉੱਪਰੋਂ ਸਾਰਾ ਕਰਕੇ ਉੱਥੇ ਹੀ ਲੱਗੀ ਰਹਿਣ ਦਿਓ ਜਦ ਤੱਕ ਇਹ ਸੁੱਕ ਨਹੀਂ ਜਾਂਦੀ। ਸੁੱਕ ਜਾਵੇ ਤਾਂ ਫਿਰ ਚੰਗੀ ਤਰ੍ਹਾਂ ਧੋ ਲਵੋ, ਜ਼ੋਰ ਦੀ ਬਿਲਕੁਲ ਨਾ ਰਗੜਿਓ, ਜੇ ਫਿਰ ਨਾ ਕਹਿਣਾ ਨੱਕ ਤੇ ਸਾਰੀ ਚਮੜੀ ਉੱਤਰ ਗਈ। ਇਹ ਫਟਕੜੀ ਦੇ ਹਰ ਚੀਜ਼ ਪੋਲਾ ਤੇ ਆਰਾਮ ਨਾਲ, ਜਰਾ ਪਿਆਰ ਮੁਹੱਬਤ ਨਾਲ, ਆਪਣਾ ਹੀ ਮੂੰਹ ਹੈ ਜੀ ਬਿਲਕੁਲ, ਸੌਫਟਲੀ ਜਿਹੜੀ ਵੀ ਕਰਨਾ ਹੈਗਾ ਟ੍ਰੀਟਮੈਂਟ, ਥੋੜਾ ਸੌਫਟਲੀ ਕਰਨੀ ਹੈਗੀ ਆ। ਹਾਂਜੀ, ਇਸੇ ਤਰ੍ਹਾਂ ਕਿੱਲ ਮੁਹਾਸੇ ਹੁਣ ਬਹੁਤ ਬਹੁਤ ਆਮ ਨੇ, ਜਾਂ ਤੁਹਾਡੇ ਦਾਗ ਪੈ ਗਏ ਹੋਣ, ਬਹੁਤ ਸਾਰੀਆਂ ਸਾਡੀਆਂ ਭੈਣਾਂ ਦੇ ਆਫਟਰ ਡਿਲੀਵਰੀ ਵੀ ਫੇਸ ਤੇ ਦਾਗ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਹੋ ਜਾਂਦੀ ਜੀ। ਬਿਲਕੁਲ, ਮੁਲਤਾਨੀ ਮਿੱਟੀ ਲੈ ਲਿਓ ਥੋੜੀ ਜਿਹੀ ਜੇ ਮਿਲ ਜਾਏ, ਮੈਨੂੰ ਨੀ ਪਤਾ ਤੁਹਾਡੇ ਕੈਨੇਡਾ ਉੱਥੇ ਸ਼ਾਇਦ ਮਿਲਦੀ ਹੋਏਗੀ। ਮਿਲ ਜਾਂਦੀ ਹੈ ਜੀ, ਬਹੁਤ ਸਾਰੀ ਮਿਲ ਜਾਂਦੀ ਹੈ, ਪੰਜਾਬੀ ਸਟੋਰਾਂ ਤੋਂ ਸਾਰੀ ਗਰੋਸਰੀ ਮਿਲ ਜਾਂਦੀ ਹੈ। ਹਾਂਜੀ, ਬਸ ਫਿਰ ਤਾਂ ਬਹੁਤ ਵਧੀਆ ਜੀ। ਉਹਦੇ ਵਿੱਚ ਥੋੜੀ ਜਿਹੀ ਫਟਕੜੀ ਕਰਕੇ ਮਿਕਸ ਕਰ ਲਵੋ ਤੇ ਨਾਲ ਇਹਨੂੰ 20 ਮਿੰਟ, ਧਿਆਨ ਰੱਖਿਓ ਇਹ ਮਿਕਸ ਕੀਤਾ ਹੋਇਆ ਕੋਸੇ ਪਾਣੀ ਚ ਹੋਣਾ ਚਾਹੀਦਾ, ਤੇ 20 ਮਿੰਟ ਤੱਕ ਕਿੱਲ ਮੁਹਾਸਿਆਂ ਦੇ ਉੱਪਰ ਇਹ ਲੱਗਿਆ ਰਹਿਣਾ ਚਾਹੀਦਾ। ਇਹਨੂੰ ਰੈਗੂਲਰ ਵਰਤਦੇ ਰਹੋਗੇ, ਜੇ ਹਰ ਇੱਕ ਦਿਨ ਜਾਂ 2 ਦਿਨ ਛੱਡ ਕੇ ਰੋਜ਼ ਨਹੀਂ ਲਾਣੀ,
ਤਾਂ ਤੁਹਾਨੂੰ ਲਗਭਗ 4 ਕੁ ਹਫ਼ਤੇ ਲੱਗਣਗੇ ਤੁਹਾਨੂੰ ਇਹਦੇ 'ਚ ਹੌਲੀ ਹੌਲੀ ਇਹਦੀ ਕਲਰ ਵੀ ਡਿਸਅਪੀਅਰ ਹੋ ਜਾਣਗੇ, ਕਿੱਲ ਮੁਹਾਸੇ ਵੀ ਤੁਹਾਡੇ ਖਤਮ ਹੋਣੇ ਸ਼ੁਰੂ ਹੋ ਜਾਣਗੇ। ਜੀ ਪਰ ਕੋਸ਼ਿਸ਼ ਇਹ ਕਰੋ ਜੇ ਜ਼ਿਆਦਾ ਨਹੀਂ ਹਨ ਥੋੜੇ ਨੇ ਦਾਗ ਤਾਂ ਹਫ਼ਤੇ 'ਚ ਇੱਕ ਵਾਰ ਵਰਤੋ, ਯਾਨੀ ਕੁੱਲ 4 ਵਾਰ ਵਰਤਣ ਤੋਂ ਬਾਅਦ ਅਸਰ ਦਿਸ ਜਾਏਗਾ। ਕਿਸੇ ਵੀ ਹਾਲ ਵਿੱਚ ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚ ਜੇ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਤਾਂ ਹਫ਼ਤੇ 'ਚ 3 ਵਾਰ, ਵਰਨਾ 2 ਵਾਰ, ਪਰ ਹਫ਼ਤੇ 'ਚ 1 ਵਾਰ ਵੀ ਓਨਾ ਹੀ ਇਫੈਕਟਿਵ ਹੈ। ਸ਼ੁਰੂਆਤੀ 1 ਵਾਰ ਹੀ ਕਰਿਓ। ਕਈ ਵਾਰ ਤੁਹਾਨੂੰ ਹੋ ਸਕਦਾ ਕਿਸੇ ਚੀਜ਼ ਤੋਂ ਐਲਰਜੀ ਹੋਏ, ਮੁਲਤਾਨੀ ਮਿੱਟੀ ਤੋਂ ਵੀ ਬਥੇਰਿਆਂ ਨੂੰ ਐਲਰਜੀ ਹੋ ਜਾਂਦੀ ਹੈ। ਸੋ ਸਟਾਰਟਿੰਗ 'ਚ ਤੁਸੀਂ ਵਾਂਸ ਆ ਵੀਕ ਹੀ ਕਰੋ, ਜੇ ਬਹੁਤ ਐਕਸਟੈਂਸਿਵ ਤੁਹਾਡੇ ਡੈਮੇਜ ਹੈ ਤਾਂ ਟਵਾਈਸ ਕਰ ਸਕਦੇ ਹੋ। ਹੁਣ ਪਹਿਲਾਂ ਹੀ ਦੱਸਦੇ ਆ, ਜਿੰਨੀਆਂ ਵੀ ਸਾਨੂੰ ਪੰਜਾਬੀਆਂ ਨੂੰ ਚਾਅ ਹੈ ਗੋਰੇ ਹੋਣ ਦਾ, ਸਾਨੂੰ ਪਤਾ ਨਹੀਂ ਕਿਉਂ, ਨਹੀਂ ਤਾਂ ਜੋ ਕੁਦਰਤੀ ਖੂਬਸੂਰਤੀ ਹੁੰਦੀ ਜੇ ਜਿਹੜਾ ਵੀ ਰੰਗ ਹੋਵੇ ਉਹ ਤਾਂ ਮਨ ਦੀ ਖੂਬਸੂਰਤੀ ਵੱਲ ਅਸਲ 'ਚ ਧਿਆਨ ਜਾਂਦਾ, ਜੇ ਚਿਹਰੇ ਦੀ ਖੂਬਸੂਰਤੀ ਤਾਂ ਆਣੀ ਜਾਣੀ ਚੀਜ਼ ਹੈ। ਪਰ ਸਦੀਆਂ ਤੋਂ ਜਿਹੜੇ ਪੁਰਾਣੇ ਸਮਿਆਂ ਦੇ ਤੁਸੀਂ ਜੇ ਦੇਖਣੇ ਹੋਣ ਕੋਈ ਮਹਿਲ ਮੂਲਾਂ 'ਚ ਜਾਣਾ ਹੋਏ ਤਾਂ ਉਦੋਂ ਜਿਹੜੀ ਰਾਣੀਆਂ ਦੀ, ਮੈਂ ਜੈਪੁਰ ਜਾਣ ਦਾ ਮੌਕਾ ਮਿਲਿਆ ਸੀ, ਜੋਧਪੁਰ ਵੀ, ਸੋ ਪੁਰਾਣੀਆਂ ਰਾਣੀਆਂ ਦੇ ਮੇਕਅਪ ਦੇ ਸਮਾਨ ਵਿੱਚ ਮੈਨੂੰ ਉੱਥੇ ਜਦੋਂ ਸਾਨੂੰ ਘੁਮਾ ਰਹੇ ਸਨ ਮਹਿਲ 'ਚ ਤੇ ਪਤਾ ਲੱਗਿਆ ਕਿ ਇਹ ਪਟਕੜੀ ਜੇ ਜਿਹੜੀ ਪਈ ਉਹ ਦੂਰੋਂ ਲੱਗਦਾ ਹੀ ਇੰਜ ਸੀ ਵੀ ਇਹ ਏਡੀ ਲਿਸ਼ਕਦੀ ਜੀ ਚੀਜ਼ ਇਹ ਕੀ ਪਿਆ। ਤਾਂ ਉਹ ਦੱਸਿਆ ਉਹਨਾਂ ਨੇ ਕਿ ਰਾਣੀਆਂ ਗੋਰੇ ਹੋਣ ਲਈ ਹਫ਼ਤੇ 'ਚ 1 ਵਾਰ ਇਹ ਪਟਕੜੀ ਹੀ ਕੋਸੇ ਪਾਣੀ ਦੇ ਵਿੱਚ ਗੁਲਾਬ ਜਲ ਰਲਾ ਕੇ ਤੇ ਉਹਦੇ ਨਾਲ ਮੂੰਹ ਧੋਂਦੀਆਂ ਹੁੰਦੀਆਂ ਸਨ। ਯਾਨੀ ਇਹ ਚੀਜ਼ ਸਦੀਆਂ ਤੋਂ ਮੈਂ ਤਾਂ ਕਹਿ ਰਹੀ ਹਾਂ ਕਿ ਵਰਤੀ ਜਾਂਦੀ ਰਹੀ ਹੈ। ਜੀ ਬਿਲਕੁਲ, ਲਈ ਜ਼ਰੂਰ ਦੱਸਦੇ ਹਾਂ ਇਹ ਉਹਦੇ ਲਈ ਵੀ ਇਫੈਕਟਿਵ ਜੇ। ਇਹਦੇ ਵਿੱਚ ਐਕਚੁਅਲੀ ਪੋਟਾਸ਼ੀਅਮ ਐਲਮੀਨੀਅਮ ਸਲਫੇਟ ਦੇ ਸਦਕਾ ਇਹਦੇ ਵਿੱਚ ਜੇ ਤੁਸੀਂ ਜਿਹੜੀ ਬਵਾਸੀਰ ਲਈ ਅਸੀਂ ਇਲਾਜ ਕਰਦੇ ਹਾਂ ਨਾ ਉਹਦੇ ਵਿੱਚ ਟੈਨਿਕ ਐਸਿਡ ਇਹਦੇ ਵਿੱਚ ਮਿਕਸ ਕਰਕੇ ਤੇ ਫਿਰ ਅਸੀਂ ਇੰਜੈਕਸ਼ਨ ਦਿੰਦੇ ਹਾਂ। ਯਾਨੀ ਇਹ ਫਟਕੜੀ ਅਸੀਂ ਮੈਡੀਕਲੀ ਯੂਜ਼ ਕਰ ਰਹੇ ਹਾਂ ਪਾਈਲਸ ਲਈ ਤੇ ਬਾ ਕਮਾਲ ਅਸਰ ਵਿਖਾ ਰਹੀ ਹੈ। ਮੇਰੇ ਕਹਿਣ ਦਾ ਭਾਵ ਇਹ ਸੀ ਕਿ ਸ਼ਾਇਦ ਕਿਸੇ ਨੂੰ ਲੱਗੇ ਕਿ ਮੈਂ ਨੀਮ ਹਕੀਮ ਖਤਰਾ ਜਾਨ ਬਣ ਰਹੀ ਹਾਂ, ਮੈਂ ਕੋਈ ਗੱਲ ਨਹੀਂ ਗੀ, ਹਾਂਜੀ ਮੈਡੀਕਲ ਦੀ ਡਾਕਟਰ ਹਾਂ ਤੇ ਇਹ ਪ੍ਰਮਾਣਿਤ ਇਲਾਜ ਜੋ ਮੈਂ ਤਾਂ ਸਾਂਝੇ ਕੀਤੇ ਕਿ ਕਿਤੇ ਨਾ ਜਾਪੇ ਇਕੱਲਾ ਹੀ ਇਹ ਇਸ ਤਰ੍ਹਾਂ ਦੇ ਟੋਟਕੇ ਦੱਸ ਰਹੀ ਹੈ। ਜਦੋਂ ਆਮ ਮੈਂ ਸੱਚ ਦੱਸਦੀ ਹਾਂ ਭੈਣ ਜੀ, ਆਪਣੀ ਸਾਰੀ ਜ਼ਿੰਦਗੀ ਦੇ ਨਿਚੋੜ ਤੋਂ ਕਿਸੇ ਨੂੰ ਕੋਈ ਮੁਫ਼ਤੋ ਮੁਫ਼ਤ ਸੌਖਾ ਇਲਾਜ ਦੱਸ ਦਿਓ ਨਾ, ਉਹਨਾਂ ਨੂੰ ਲੱਗਦਾ ਕਿ ਇਹ ਡਾਕਟਰ ਹੀ ਨਹੀਂ ਹੈ, ਕੁਛ ਮਹਿੰਗੀ ਚੀਜ਼ ਖਰੀਦਵਾਈ ਨਹੀਂ। ਸੋ ਮਜਬੂਰੀ ਹੈ, ਮੈਂ ਆਪਣੀ ਕਹਿ ਲਓ ਕਿ ਜਿਵੇਂ ਵੀ ਮਰਜ਼ੀ ਦਿਲ ਮਾਰ ਕੇ ਹੀ ਕਈ ਵਾਰ ਬਹੁਤ ਸੌਖਾ ਇਲਾਜ ਹੁੰਦਾ। ਕੁਛ ਅਜਿਹੇ ਹੈਗੇ ਨੇ ਸਾਡੇ ਕੋਲ ਗਰੋਥ ਜਿਨ੍ਹਾਂ ਦਾ ਇਲਾਜ ਸਾਨੂੰ ਪਤਾ ਹੈ ਕਿ ਸਿਰਫ ਨਮਕ ਹੀ ਲਾਵਾਂਗੇ ਤੇ ਇਹ ਗਰੋਥ ਝੜ ਜਾਣੀ ਹੈ 24 ਘੰਟੇ ਦੇ ਵਿੱਚ, ਪਰ ਕਿਸੇ ਪੇਰੈਂਟਸ ਨੂੰ ਜਦੋਂ ਦੱਸੋ ਇਹ ਲਾਣਾ ਤੇ ਉਹ ਬਹੁਤ ਰਿਟੈਲੀਏਟ ਕਰਦੇ ਨੇ ਕਿ ਕਿੱਦਾਂ ਦੀ ਗੱਲ ਕਰਦੀ ਹੈ। ਸੋ ਉਹਨਾਂ ਨੂੰ ਕਹੀਦਾ ਆਹ 200-250 ਦੀ ਟਿਊਬ ਬਾਹਰੋਂ ਲਿਆਓ, ਉਹਦੇ ਵਿੱਚ ਅਸੀਂ 1 ਪਾਊਡਰ ਕੋਲੋਂ ਰਲਾ ਕੇ ਦੇ ਦਿੰਦੇ ਹਾਂ, ਭਾਈ ਇਹ ਲਾ ਲਿਓ ਤੇ ਠੀਕ ਹੋ ਜਾਓਗੇ। ਬਹੁਤ ਖੁਸ਼ ਜਾਂਦੇ ਨੇ, 10 ਹੋਰ ਨੂੰ ਲਿਆਂਦੇ ਨੇ, ਪਰ ਸਿੱਧੀ ਨਹੀਂ ਮੰਨਦੇ ਕਿ ਅਸੀਂ ਜਦੋਂ ਕਹੀਦਾ ਇਹ 'ਚ ਲੂਣ ਰਲਾਇਆ ਤਾਂ ਉਹ ਕਹਿਣਗੇ ਇਹ ਗਲਤ ਚੀਜ਼ ਹੈ। ਸੋ ਪਰ ਅਸੀਂ ਕੋਸ਼ਿਸ਼ ਕਰੀਦੀ ਆ ਵੀ ਕੁਦਰਤੀ ਚੀਜ਼ ਨਾਲ ਹੀ ਠੀਕ ਹੋ ਜਾਏ। ਹੁਣ ਇਹ ਅਸਲ 'ਚ ਲਹੂ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਨੇ ਜਿਹਨਾਂ ਨਾਲ ਇਹ ਮੈਡੀਕਲੀ ਪਾਈਲਸ ਅਸੀਂ ਠੀਕ ਕਰ ਸਕਦੇ ਹਾਂ। ਹੁਣ ਆਮ ਚੀਜ਼ ਜੇ ਘਰ ਵਿੱਚ ਟੱਟੀਆਂ ਜਦੋਂ ਲੱਗ ਜਾਣ ਤਾਂ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਅਸੀਂ ਬਹੁਤ ਸਾਰੀਆਂ ਜੋ ਮੈਡੀਸਿਨਸ ਨੇ, ਮੈਂ ਨਹੀਂ ਐਡਵਾਈਜ਼ ਕਰਾਂਗੀ ਕਿ ਸਿੱਧੀ ਫਟਕੜੀ ਲੈ ਲਓ, ਪਰ ਫਟਕੜੀ ਕਬਜ਼ ਕਰਦੀ ਜੇ ਸਾਡੇ ਕੋਲ ਬਹੁਤ ਸਾਰੀਆਂ ਮੈਡੀਸਿਨਸ ਨੇ ਜਿਨ੍ਹਾਂ ਦੇ ਵਿੱਚ ਫਟਕੜੀ ਪਾਈ ਹੁੰਦੀ, ਜੇ ਤੁਸੀਂ ਦੇਖ ਸਕਦੇ ਹੋ ਕੰਟੈਂਟਸ ਦੇ ਵਿੱਚ ਜਿਹੜੀ ਇਹ ਇਫੈਕਟਿਵ ਉਸ ਤਰ੍ਹਾਂ ਅਸਰ ਇਹਦਾ ਫਟਕੜੀ ਦਾ ਪਾਊਡਰ ਪਾਇਆ ਜਾਂਦਾ। ਜ਼ਖਮ ਭਰਨ ਲਈ ਜਿੰਨੀਆਂ ਸਾਡੇ ਕੋਲ ਕਰੀਮਾਂ ਨੇ ਉਹਨਾਂ ਵਿੱਚੋਂ 60% ਦੇ ਵਿੱਚ ਫਟਕੜੀ ਇਸ ਵੇਲੇ ਕੰਪਨੀਆਂ ਤੋਂ ਮੈਡੀਕਲੀ ਬਣ ਕੇ ਆ ਰਹੀ ਹੈ ਅਵੇਲੇਬਲ, ਜੇ ਤੁਸੀਂ ਪੜ੍ਹ ਸਕਦੇ ਹੋ ਇਹ ਉਹਨਾਂ ਦੇ ਕੰਟੈਂਟਸ ਦੇ ਵਿੱਚ ਲਿਖੇ ਨੇ, ਤਾਂ ਹੀ ਮੈਂ ਦੱਸਿਆ ਸੀ। ਹੁਣ ਇਸੇ ਤਰ੍ਹਾਂ ਦੇ ਕੋਵਿਡ ਦੇ ਲਈ ਬਣੇ ਟੀਕੇ ਸਨ ਜੋ ਕੋਵੈਕਸਿਨ, ਖਾਸ ਤੌਰ ਤੇ ਮੈਂ ਪਹਿਲਾਂ ਹੀ ਦੱਸ ਦਿਆਂ ਉਹਦੇ ਵਿੱਚ ਇਹਨੂੰ ਲੰਮੇ ਸਮੇਂ ਤੱਕ ਅਸਰਦਾਰ ਰੱਖਣ ਲਈ ਫਟਕੜੀ ਹੀ ਪਾਈ ਗਈ ਏ। ਯਾਨੀ ਸੋਚ ਲਓ ਕਿ ਕਿੰਨੀ ਅਸਰਦਾਰ ਜੇ ਕਿ ਉਹ ਟੀਕੇ ਦਾ ਅਸਰ ਵੀ ਵਧਾ ਰਹੀ ਏ ਤੇ ਨਾਲੇ ਉਹ ਆਪਣਾ ਨੈਚੁਰਲ ਪੱਖੋਂ ਵੀ ਅਸਰ ਪਾਉਂਦੀ ਪਈ ਜੇ। ਹੁਣ
ਇਸ ਵੇਲੇ ਜਿਹੜੇ ਹਾਜ਼ਮੇ ਵਾਸਤੇ ਦਵਾਈਆਂ ਬਣ ਰਹੀਆਂ ਨੇ ਉਹਨਾਂ ਵਿੱਚ ਵੀ ਲਗਭਗ ਲਾਜ਼ਮੀ ਵਾਲਾ ਹਾਲ ਜੇ ਕਿ ਹਰ ਇੱਕ ਦੇ ਵਿੱਚ ਹੀ ਫਟਕੜੀ ਪਾਈ ਜਾਂਦੀ ਜੇ ਸੋ ਜੇ ਬਦਹਜ਼ਮੀ ਹੋ ਰਹੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਵੀ ਚੰਗਾ ਹੈ ਕਿ ਮਾੜੀ ਜਿਹੀ ਚੁੰਡੀ ਤੋਂ ਵੀ ਘੱਟ ਰੱਤਾ ਜਾਂ ਕੋਸੇ ਪਾਣੀ ਵਿੱਚ ਆਪਾਂ ਉਹਨੂੰ ਰਲਾ ਕੇ ਵੈਸੇ ਹੀ ਜਦੋਂ ਲੱਗ ਰਿਹਾ ਤਾਂ ਪੀ ਲਈ ਜਾਵੇ। ਖੈਰ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਦੇ ਹਾਂ, ਜੇ ਖੰਘ ਨਾ ਹਟਦੀ ਹੋਵੇ, ਕਾਫੀ ਤੰਗ ਕਰਦੀ ਹੋਵੇ, ਜ਼ਰੂਰ ਡਾਕਟਰੀ ਸਲਾਹ ਲਵੋ। ਕਈ ਵਾਰ ਅਸਥਮਾ ਹੋ ਸਕਦਾ ਹੈ, ਕਈ ਵਾਰ ਤੁਹਾਡੇ ਹਾਰਟ ਦੀ ਪ੍ਰੋਬਲਮ ਕਰਕੇ ਜਾਂ ਹੋਰ ਪਾਸੇ ਕਿਤੇ ਫਿਰ ਪਾਣੀ ਹੋ ਸਕਦਾ, ਟੀਬੀ ਹੋ ਸਕਦੀ ਹੈ, ਬਹੁਤ ਅਨੇਕ ਬਿਮਾਰੀਆਂ ਨੇ। ਪਰ ਇੱਕ ਨਾਲ ਐਡੀਸ਼ਨਲ ਦੱਸ ਦਿੰਦੀ ਹਾਂ, ਰਾਤ ਬਰਾਤ ਨਹੀਂ ਡਾਕਟਰ ਕੋਲ ਜਾ ਸਕ ਰਹੇ, ਕੋਈ ਪ੍ਰੋਬਲਮ ਹੈ ਟਰੈਵਲਿੰਗ ਚੋ, ਤਾਂ ਅਸੀਂ ਬਾਕੀ ਦਵਾਈਆਂ ਜ਼ਰੂਰ ਲਓ ਜੋ ਬਿਮਾਰੀ ਹੈ। ਪਰ ਹੁਣ ਜਿਵੇਂ ਪ੍ਰੋਗਰਾਮ ਕਰ ਰਹੇ ਹਾਂ, ਕਿਸੇ ਨੂੰ ਲੱਗਦਾ ਵੀ ਗਲਾ ਸੁੱਕ ਜਾਂਦਾ, ਖਾਂਸੀ ਆਉਂਦੀ ਹੈ, ਤਾਂ ਇੱਕ ਚਮਚ ਸ਼ਹਿਦ ਲਓ, ਉਹਦੇ ਚ ਇੱਕ ਬਿਲਕੁਲ ਚੂੰਡੀ ਕੁ ਫੁੱਲ ਫਟਕੜੀ ਮਿਕਸ ਕਰਕੇ ਜੇ ਤੁਸੀਂ ਇਹਨੂੰ ਦਿਨ ਵਿੱਚ 2 ਵਾਰ ਕੋਸੇ ਪਾਣੀ ਵਿੱਚ ਇਹਨੂੰ ਪੀ ਲਓ, ਤਾਂ 3-4 ਦਿਨਾਂ ਵਿੱਚ ਜੋ ਮੌਸਮੀ ਖੰਘ ਹੈ ਉਹ ਤਾਂ ਤੁਹਾਡੀ ਜੜੋਂ ਚੁੱਕੀ ਜਾਂਦੀ ਹੈ। ਇਹ ਇੰਨੀ ਕੁ ਤੁਸੀਂ ਲੈ ਸਕਦੇ ਹੋ। ਹੁਣ ਮਾਹਵਾਰੀ ਦੌਰਾਨ ਵੀ ਕਈ ਵਾਰ ਕੁਛ ਬੇਟੀਆਂ ਨੂੰ ਬਹੁਤ ਜ਼ਿਆਦਾ ਲਹੂ ਪੈਂਦਾ ਹੈ, ਬਿਲਕੁਲ ਜੀ, ਐਕਸਟਰਾ ਬਲੀਡਿੰਗ ਹੁੰਦੀ ਹੈ। ਹਾਂਜੀ ਬਿਲਕੁਲ। ਸੋ ਉਹਦੇ ਲਈ ਵੀ ਰਾਦਰ ਦੈਨ ਅਸੀਂ ਕੈਪਸੂਲਸ ਜਾਂ ਹੋਰ ਹਾਰਮੋਨਸ ਜਾਂ ਉਹਦੇ ਤੋਂ ਪਹਿਲਾਂ ਇੱਕ ਵਾਰ ਟਰਾਈ ਕਰਕੇ ਦੇਖ ਲੈਣਾ, 1 ਚਮਚ ਸ਼ਹਿਦ ਵਿੱਚ ਇਸੇ ਤਰ੍ਹਾਂ ਹੀ ਫੁੱਲ ਫਟਕੜੀ ਜਿਹੜੀ ਦੀ ਪਾ ਕੇ ਚੁੰਡੀ ਭਰ ਕੇ ਪਾਓ, ਕਿਉਂਕਿ ਮੈਂ ਦੱਸਿਆ ਨਾੜੀਆਂ ਸੁੰਗੜਨ ਲਈ ਜਾਂ ਪਾਈਲਸ ਦੇ ਜੋ ਅਸੀਂ ਇੰਜੈਕਸ਼ਨ ਲਾਉਂਦੇ ਹਾਂ ਅੱਜ ਕੱਲ੍ਹ, ਉਹਨਾਂ ਵਿੱਚ ਵੀ ਤਾਂ ਇਹ ਮੈਂਸਟ੍ਰੇਸ਼ਨ ਵਾਲਾ ਵੀ ਅਸੀਂ ਫਲੋ ਦੇਖਿਆ ਬੱਚੀਆਂ ਵਿੱਚ ਕਾਫੀ ਘੱਟ ਜਾਂਦਾ। ਜੇ ਮੈਂ ਫਿਰ ਮਾਫ਼ੀ ਮੰਗਦਿਆਂ ਕਹਿੰਦੀ ਹਾਂ ਕਿ ਜਦੋਂ ਅਸੀਂ ਸਿੱਧਾ ਕਿਸੇ ਨੂੰ ਕਹਿ ਦਈਏ ਨਾ ਵੀ ਫਟਕੜੀ ਵਰਤੋ, ਤਾਂ ਕੋਈ ਵੀ ਬੱਚੀ ਨਹੀਂ ਵਰਤਦੀ, ਨਾ ਮਾਪੇ ਵਰਤਦੇ ਨੇ। ਸੋ ਇਸੇ ਤਰ੍ਹਾਂ ਹੀ ਸਾਨੂੰ ਉਹੀ ਦਵਾਈ ਮੰਗਾਉਣੀ ਪੈਂਦੀ ਹੈ ਜਿਹਦੇ ਵਿੱਚ ਫਟਕੜੀ ਹੋਵੇ, ਉਹਦੇ ਚ ਪਾਈ ਹੁੰਦੀ, ਜੇ ਉਹੀ ਕਹੀਦਾ ਖਰੀਦ ਲਿਆਓ ਤੇ ਉਹਦੇ ਨਾਲ ਉਹਨਾਂ ਨੂੰ ਫਰਕ ਪੈ ਜਾਂਦਾ। ਪਰ ਇਹ ਦਿਨ ਵਿੱਚ 2 ਵਾਰ ਤੇ 4 ਦਿਨ ਲੈਣਾ ਪੈਂਦਾ ਜੇ, ਉਹਦੇ ਨਾਲ ਤੁਹਾਡਾ ਮੈਂਸਟ੍ਰੇਸ਼ਨ ਦਾ ਜਾਂਦਾ ਐਕਸਟਰਾ ਫਲੋ ਉਹ ਠੀਕ ਹੋ ਸਕਦਾ ਜੇ। ਪਰ ਜੇ ਉਸਦੇ ਬਾਵਜੂਦ ਨਾ ਠੀਕ ਹੋ ਰਿਹਾ ਹੋਵੇ ਤਾਂ ਜ਼ਰੂਰ ਮੈਡੀਕਲ ਐਗਜ਼ਾਮੀਨੇਸ਼ਨ ਕਰਾਓ। ਕਈ ਵਾਰ ਸੋਜ਼ਿਸ਼, ਇਨਫੈਕਸ਼ਨ ਜਾਂ ਹਾਰਮੋਨਲ ਇੰਬੈਲੈਂਸ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ। ਹੁਣ ਗੱਲ ਇਹ ਹੈ ਕਿ ਆਮ ਤੌਰ ਤੇ ਇੱਕ ਨੁਸਖਾ, ਹੁਣ ਜੋ ਕਿ ਮੈਂ ਇਸ ਕਰਕੇ ਦੱਸਣ ਲੱਗੀ ਹਾਂ ਕਿ ਪਾਣੀ ਪੈਣ ਦਾ ਕਈ ਵਾਰ ਕੁਛ ਬੇਟੀਆਂ ਸ਼ਿਕਾਇਤ ਕਰਦੀਆਂ ਨੇ ਕਿ ਉਹਨਾਂ ਨੂੰ ਪਾਣੀ ਪੈਂਦਾ ਜਾਂ ਹੋਰ ਕੋਈ ਪ੍ਰੋਬਲਮ ਨਹੀਂ, ਖਾਰਿਸ਼ ਨਹੀਂ, ਕੁਝ ਵੀ ਨਹੀਂ, ਪਰ ਪਾਣੀ ਪੈਂਦਾ ਰਹਿੰਦਾ। ਸੋ ਇਹ ਦਾਦੀਆਂ ਨਾਨੀਆਂ ਦਾ ਨੁਸਖਾ ਜੇ ਇਹ ਕਿਤੇ ਵੀ ਮੈਡੀਕਲੀ ਨਹੀਂ ਹੈ ਕਿਤੇ ਐਡਵਾਈਜ਼ਡ, ਨਾ ਕਿਤੇ ਅਸੀਂ ਵਰਤ ਵੀ ਰਹੇ ਹਾਂ, ਪਰ ਜਿਹੜੇ ਵਰਤਦੇ ਨੇ, ਮੈਂ ਪਿੰਡਾਂ 'ਚ ਜਦੋਂ ਕਦੇ ਗੱਲ ਜਾਨੀ ਆ ਉਹਨਾਂ ਦੇ ਲੈਕਚਰਸ ਵਗੈਰਾ ਦੇਣ, ਤਾਂ ਮੈਨੂੰ ਉੱਥੋਂ ਹੀ ਉਹਨਾਂ ਤੋਂ, ਬਜ਼ੁਰਗਾਂ ਤੋਂ ਜੋ ਪਤਾ ਲੱਗਿਆ ਕਿ ਉਹ ਵਰਤਦੇ ਰਹੇ ਨੇ ਤੇ ਉਹਨਾਂ ਤੋਂ ਫਾਇਦਾ ਵੀ ਲੈਂਦੇ ਰਹੇ ਨੇ। ਸੋ ਇਹ ਤੁਹਾਡੀ ਪਰਸਨਲ ਚੋਇਸ, ਮੈਂ ਮੈਡੀਕਲੀ ਐਡਵਾਈਜ਼ ਨਹੀਂ ਕਰ ਰਹੀ ਕਿਉਂਕਿ ਉਹਦਾ ਕਾਰਨ ਲੱਭ ਲੈਣਾ ਚਾਹੀਦਾ। ਪਰ ਇਸ ਤਰ੍ਹਾਂ ਦੀ ਜੋ ਮੈਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜੋ ਸ਼ੁਰੂ ਤੋਂ ਵਰਤਦੇ ਆ ਰਹੇ ਹਾਂ ਕਿ 1 ਕੱਪ ਪਾਣੀ ਵਿੱਚ ਚੁੰਡੀ ਇੱਕ ਫਟਕੜੀ ਪਾਊਡਰ ਫੁੱਲ ਕੀਤਾ ਹੋਇਆ ਪਾ ਕੇ ਫਿਰ ਉਬਾਲ ਕੇ ਉਹਨੂੰ ਠੰਡਾ ਕਰਕੇ ਉਹਨੂੰ ਦਿਨ ਵਿੱਚ ਕਹਿੰਦੇ ਅਸੀਂ 2-3 ਵਾਰ ਧੋ ਲੈਂਦੇ ਹਾਂ ਤੇ ਨਾ ਕੋਈ ਸਮੈਲ ਰਹਿੰਦੀ ਹੈ ਨਾ ਪਾਣੀ ਰਹਿੰਦਾ। ਸੋ ਇਹ ਚੀਜ਼ ਉਹਨਾਂ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਵਰਤਦੇ ਰਹੇ ਹਾਂ, ਸਾਨੂੰ ਹੁਣ ਕੋਈ ਪ੍ਰੋਬਲਮ ਨਹੀਂ ਰਹਿੰਦੀ, ਨਾ ਡਾਕਟਰ ਕੋਲ ਜਾਣ ਦੀ ਲੋੜ ਰਹਿੰਦੀ ਹੈ। ਮੈਂ ਇਹ ਦੁਬਾਰਾ ਦੱਸਦਿਆਂ ਕਿ ਮੇਰਾ ਨੁਸਖਾ ਨਹੀਂ ਹੈ, ਨਾ ਅਸੀਂ ਮੈਡੀਕਲੀ ਟਰਾਈ ਕੀਤਾ, ਪਰ ਪਿੰਡ ਵਿੱਚ ਇਹ ਕਰਦੇ ਰਹੇ ਨੇ ਜੋ ਦਾਦੀਆਂ ਨਾਨੀਆਂ ਦਾ ਨੁਸਖਾ ਹੈ, ਹੋ ਸਕਦਾ ਬਹੁਤ ਅਸਰਦਾਰ ਹੋਵੇ। ਤੁਸੀਂ ਜੇ ਟਰਾਈ ਕਰਨਾ ਚਾਹੋ ਯੂ ਕੈਨ ਡੂ ਇਟ, ਕਿਉਂਕਿ ਇਹਦਾ ਨੁਕਸਾਨ ਤਾਂ ਕੋਈ ਨਹੀਂ, ਪਰ ਮੈਡੀਕਲ ਚੈੱਕਅਪ ਕਾਈਂਡਲੀ ਜ਼ਰੂਰ ਕਰਾ ਲਿਓ। ਉਹ ਏਡਸ ਤੋਂ ਲੈ ਕੇ ਅਨੇਕ ਨੇ ਸੈਕਸ ਰਿਲੇਟਡ ਡਿਜ਼ੀਜ਼, ਹੋਰ ਵੀ ਬਹੁਤ ਕੁਛ ਜੇ ਜੋ ਹੋ ਜਾਂਦਾ, ਸੋ ਉਹਦੀ ਚੈੱਕਅਪ ਹੋਣਾ ਬਹੁਤ ਅਹਿਮ ਹੈ ਜੀ। ਜਿੱਥੋਂ ਤੱਕ ਤੁਸੀਂ ਘਰ 'ਚ, ਜੇ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਕੱਪੜੇ ਜੇ ਧੋਣ ਲੱਗੇ ਹੋ ਤੇ ਉਹਦਾ ਰੰਗ ਨਿਕਲ ਰਿਹਾ ਜੇ, ਤਾਂ ਉਹਦੇ ਵਿੱਚ ਵੀ ਫਟਕੜੀ ਦੇ 2 ਚਮਚੇ ਪਾ ਕੇ ਪਾਣੀ ਵਿੱਚ ਤੇ ਫਿਰ ਧੋ ਲਓ, ਉਹਦਾ ਰੰਗ ਨਹੀਂ ਜੇ ਨਿਕਲਦਾ। ਸੋ ਇਹ ਜ਼ਰੂਰ ਕਾਫੀ ਇਹ ਵੀ ਵਰਤ ਸਕਦੇ ਹੋ। ਪਰ ਮੈਂ ਸਾਰਾ ਐਕਚੁਲੀ ਸਿਰਫ ਇਸ ਕਰਕੇ ਇਹ ਸਾਰੀਆਂ ਨੁਸਖੇ ਅੱਜ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਹਮੇਸ਼ਾ ਭਾਲਦੇ ਹਾਂ ਕੋਈ ਬਹੁਤ ਚੰਗਾ ਡਾਕਟਰ, ਬਹੁਤ ਮਹਿੰਗੀ ਦਵਾਈ। ਅੱਜ ਵੀ ਜੇ ਕੋਈ ਲੈਣਾ ਚਾਹਣ, ਜੀ ਸਦਕੇ ਜ਼ਰੂਰ ਜਾਣ। ਕਹਿਣ ਦਾ ਸਿਰਫ ਇਸ ਪ੍ਰੋਗਰਾਮ ਦਾ ਮਕਸਦ ਇਹ ਸੀ
ਕਿ ਆਮ ਘਰ ਵਿੱਚ ਘਰੇਲੂ ਵਰਤੋਂ ਕਰਨ ਵਾਲੀਆਂ ਚੀਜ਼ਾਂ ਵਿੱਚ ਅਨਮੋਲ ਕੁਦਰਤੀ ਸੁਗਾਤਾਂ ਲੁਕੀਆਂ ਨੇ। ਕੁਦਰਤ ਨੇ ਉਹਦੇ ਵਿੱਚ ਹੀ ਇਲਾਜ ਦੱਸਿਆ ਪਿਆ, ਪਰ ਅਸੀਂ ਅਣਦੇਖਾ ਕਰਦੇ ਹਾਂ। ਜਿਵੇਂ ਮੈਂ ਤਾਂ ਆਪਣੀ ਦੱਸ ਰਹੀ ਹਾਂ ਕਿ ਮੈਨੂੰ ਹੀ ਭੂਤ ਚਿਮਟਿਆ ਸੀ ਵੀ ਡਾਕਟਰੀ ਦਾ, ਮੈਂ ਤਾਂ ਬਹੁਤ ਕੁਛ ਜਾਣਦੀ ਹਾਂ, ਪਰ ਜਦੋਂ ਮੰਮੀ ਨੇ ਦੱਸਿਆ, ਮੇਰੀ ਮੰਮੀ ਨੇ ਮੈਨੂੰ ਦੱਸਿਆ ਵੀ ਲਓ ਜੀ, ਉਹਨਾਂ ਨੇ ਜੋ ਨੁਸਖਾ ਉਦੋਂ ਦੱਸਿਆ ਉਹ ਅਸੀਂ ਹੁਣ ਤੱਕ ਜਦੋਂ ਕੰਪਨੀਆਂ ਵੱਲੋਂ ਤਿਆਰ ਹੋ ਕੇ ਉਹੀ ਸਮਾਨ ਆਉਂਦਾ ਤਾਂ ਵਰਤ ਰਹੇ ਹਾਂ। ਸੋ ਮਕਸਦ ਇਹੋ ਸੀ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਅਸੀਂ ਬਹੁਤੀਆਂ ਤੇਜ਼ ਦਵਾਈਆਂ ਜਾਂ ਮਹਿੰਗੀਆਂ ਦਵਾਈਆਂ ਨਾਲ ਕੁੱਝ ਫਾਇਦਾ ਨਹੀਂ ਲੈਂਦੇ। ਕੁੱਝ ਘਰੇਲੂ ਨੁਸਖੇ ਬਹੁਤ ਅਸਰਦਾਰ ਹੁੰਦੇ ਨੇ ਤੇ ਸਦੀਆਂ ਤੋਂ, ਮੈਂ ਤੁਹਾਨੂੰ 1500 ਸਾਲ ਤੋਂ ਕਹਿ ਰਹੀ ਹਾਂ ਕਿ ਸਾਡੇ ਕੋਲ ਪ੍ਰੂਫ ਪਏ ਨੇ ਕਿ ਪਾਣੀ ਸਾਫ਼ ਕਰਨ ਲਈ ਵੀ ਫਟਕੜੀ ਹੀ ਵਰਤੀ ਜਾਂਦੀ ਹੈ। ਕਮਾਲ ਵੇਖ ਲਓ ਕਿ ਇੰਨੀ ਇਹ ਚੀਜ਼ ਹੁਣ ਤੱਕ ਕਿ ਫਟਕੜੀ ਜੇ ਤੁਸੀਂ ਕਿਤੇ ਗਏ ਹੋ, ਪੀਣ ਵਾਲਾ ਨਹੀਂ ਹੈ, ਠੀਕ, ਉਬਾਲ ਲਓ, ਫਟਕੜੀ ਪਾ ਦਿਓ, ਸਾਰੀ ਗੰਦਗੀ ਥੱਲੇ ਬਹਿ ਜਾਂਦੀ, ਉੱਪਰੋਂ ਬਿਲਕੁਲ ਸਾਫ਼ ਸੁਥਰਾ ਪਾਣੀ ਮਿਲ ਜਾਂਦਾ। ਸੋ ਇਹ ਪੀਤਾ ਜਾ ਸਕਦਾ। ਪਰ ਇਸ ਤੋਂ ਪਹਿਲਾਂ ਕਿ ਸਾਰੇ ਜਿਹੜੇ ਕੁਇੰਟਲਾਂ ਦੇ ਹਿਸਾਬ ਨਾਲ ਫਟਕੜੀ ਕਰ ਲੈਣ, ਮੈਂ ਕੁੱਝ ਮਾੜੇ ਅਸਰ ਜ਼ਰੂਰ ਦੱਸ ਦਿਆਂ। ਜੀ ਬਿਲਕੁਲ, ਜਾਣ ਤੋਂ ਪਹਿਲਾਂ ਜ਼ਰੂਰ ਦੱਸ ਦਿਓ, ਪਤਾ ਲੱਗੇ ਕਿ ਫਟਕੜੀ ਸਟੋਰਾਂ 'ਚ ਮਿਲਣੋਂ ਹਟ ਗਈ ਹੈ। ਕਿਉਂਕਿ ਸਾਡੇ ਕੈਨੇਡਾ ਦੇ ਵਿੱਚ ਭੈਣ ਜੀ, ਇੱਕ ਗੱਲ ਤੋਂ ਅਸੀਂ ਬੜਾ ਲੱਕੀ ਹਾਂ ਕਿ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਇਹੋ ਜਿਹਾ ਜੜੀ ਬੂਟੀ ਤੁਹਾਨੂੰ ਪੰਜਾਬ 'ਚੋਂ ਨਹੀਂ ਲੱਭੂਗੀ, ਪਰ ਤੁਹਾਨੂੰ ਕੈਨੇਡਾ 'ਚੋਂ ਜ਼ਰੂਰ ਮਿਲ ਜਾਊਗੀ। ਬਹੁਤ ਵਧੀਆ ਗੱਲ ਹੈ। ਪਰ ਇਹਦੇ ਵਿੱਚ ਕੁਝ ਚੀਜ਼ਾਂ ਅਹਿਮ ਨੇ ਜੋ ਦੱਸਦੇ ਹਾਂ। ਹਾਂਜੀ, ਹਾਲੇ ਤੇ ਆਪਾਂ ਜਿੰਨੇ ਪ੍ਰੋਗਰਾਮ ਕੀਤੇ ਆ, ਮੈਂ ਉਹਨਾਂ ਸਾਰਿਆਂ 'ਚ ਇੱਕੋ ਹੀ ਗੱਲ ਕੀਤੀ ਸੀ, ਜਾਦੂਈ ਅਸਰ ਨਹੀਂ ਜੇ ਕਰਦੀ, ਪਰ ਇਹ ਫਟਕੜੀ ਜਾਦੂ ਵਾਂਗ ਹੀ ਅਸਰ ਕਰਦੀ ਹੈ, ਕ੍ਰਿਸ਼ਮੇ ਦਿਖਾਉਂਦੀ ਹੈ। ਫਿਰ ਵੀ ਇੰਨੀ ਕੁ ਮੈਂ ਮਿਕਦਾਰ ਦੱਸੀ, ਉਸ ਤੋਂ ਵੱਧ ਲਓਗੇ ਤਾਂ ਸਾਡੇ ਕੋਲ ਰਿਪੋਰਟਸ ਨੇ ਹਰ 1000 ਵਿੱਚੋਂ 8 ਜਾਂ 9 ਨੂੰ ਬੜਾ ਅਕਿਊਟ ਸਵੀਅਰ ਐਸਥਮਾ ਹੋ ਜਾਂਦਾ ਜੇ। ਇਸ ਕਰਕੇ ਧਿਆਨ ਰੱਖਿਓ, ਲੋੜੋਂ ਵੱਧ ਫਟਕੜੀ ਨਹੀਂ ਵਰਤਣੀ। ਇਹ ਨਾ ਹੋਏ ਗੈਸ ਠੀਕ ਕਰਦੇ ਕਰਦੇ ਆਪਾਂ ਉਹਨੂੰ ਭਰ ਭਰ ਚਮਚੇ ਖਾਣ ਲੱਗ ਜਾਈਏ, ਪਲੀਜ਼ ਇੰਨਾ ਨਾ ਕਰਿਓ। ਸੋ ਇਸੇ ਤਰ੍ਹਾਂ ਮੂੰਹ ਉੱਤੇ ਤਗੜਾ ਸੋਜਾ ਆ ਸਕਦਾ ਜੇ, ਪੂਰਾ ਸੁੱਜ ਕੇ ਅੱਖਾਂ ਤੱਕ ਬੰਦ ਹੋ ਸਕਦੀਆਂ। ਸੋ ਜੇ ਕਦੇ ਹੇਅਰ ਵਾਸਤੇ ਜਾਂ ਕਿੱਲ ਮੁਹਾਸੇ ਲਈ ਵਰਤ ਰਹੇ ਹੋ, ਪਹਿਲਾਂ ਇੱਕ ਟੋਟੇ ਤੇ ਹਲਕਾ ਜਿਹਾ ਪੈਚ ਟੈਸਟ ਕਰ ਲਓ, ਭਾਵੇਂ ਇੱਥੇ ਜਾਂ ਹੱਥ ਦੇ ਉੱਤੇ ਪੈਚ ਟੈਸਟ ਕਰੀਏ ਕਿ ਤੁਹਾਨੂੰ ਰਿਐਕਸ਼ਨ ਤਾਂ ਨਹੀਂ ਹੈ ਇਹਦੇ ਨਾਲ, ਫਿਰ ਤੁਸੀਂ ਉਹਨੂੰ ਵਰਤ ਸਕਦੇ ਹੋ। ਬਿਲਕੁਲ ਇੰਜ ਜ਼ਿਆਦਾ ਦੇਰ, ਜਿੰਨਾ ਕੁ ਸਮਾਂ ਮੈਂ ਦੱਸਿਆ ਸਾਰਿਆਂ ਦੇ ਵਿੱਚ, ਉਸ ਤੋਂ ਜੇ ਜ਼ਿਆਦਾ ਦੇਰ ਲਾਈ ਰੱਖਾਂਗੇ ਤਾਂ ਕਈ ਵਾਰ ਤਗੜੀ ਜਲਨ ਸ਼ੁਰੂ ਹੋ ਸਕਦੀ ਹੈ, ਰੈਡਨੈਸ ਹੋ ਸਕਦੀ ਹੈ, ਕਿਉਂਕਿ ਇਹ ਇੰਸਟੈਂਟ ਅਸਰ ਦਿਖਾਉਂਦੀ ਹੈ। ਬਿਲਕੁਲ ਇੰਜ ਜੇ ਤੁਸੀਂ ਗਰਾਰੇ ਕਰਨ ਲੱਗਿਓ, ਚਮਚਾ ਭਰ ਕੇ ਜੇ ਤੁਸੀਂ ਗਰਾਰੇ ਕਰ ਲਏ ਤਾਂ ਗਲਾ ਸਾਰਾ ਸੁੱਜ ਜਾਣਾ ਜੇ, ਤੁਹਾਨੂੰ ਖਾਣਾ ਖਾਣ ਲੱਗਿਆ ਜਾਂ ਪਾਣੀ ਪੀਣ ਲੱਗਿਆ ਵੀ ਤੁਹਾਨੂੰ ਦਿੱਕਤ ਹੋਣੀ ਸ਼ੁਰੂ ਹੋ ਜਾਣੀ ਹੈ। ਸੋ ਇੰਨਾ ਨਾ ਲਇਓ ਕਿ, ਕਿਉਂਕਿ ਇਹਦੇ ਵਿੱਚ ਅਸਲ 'ਚ ਕੁਦਰਤੀ ਨਮਕ ਦੇ ਵਿੱਚ ਨਾਲ ਕਿਤੇ ਸਲਫਿਊਰਿਕ ਐਸਿਡ ਕਿਤੇ ਮਿਲਿਆ ਹੋਇਆ ਆ ਜਾਂਦਾ ਜੇ, ਮਿਕਸਚਰ ਜੇ ਕਿਤੇ ਹੋਵੇ ਜਾਂ ਅਲਿਊਮੀਨਾ ਜਾਂ ਪੋਟਾਸ਼ ਇਹੋ ਜਿਹੇ, ਐਕਚੁਲੀ ਫਟਕੜੀ ਨੈਚੁਰਲ ਚੀਜ਼ ਆ, ਉਹਦੇ ਵਿੱਚ ਇਹ ਚੀਜ਼ਾਂ ਜੇ ਮਿਕਸਡ ਹੋ ਜਾਣ ਤਾਂ ਇਹ ਨੁਕਸਾਨ ਕਰ ਜਾਂਦੀਆਂ ਨੇ। ਸੋ ਪਿਓਰ ਫਟਕੜੀ ਜਿੱਥੋਂ ਮਿਲੇ ਸਰਟੀਫਾਈਡ ਉਹ ਹੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਿਉਂਕਿ ਇਹ ਕੁਦਰਤੀ ਚੀਜ਼ ਹੈ, ਇਹ ਨਹੀਂ ਕਿ ਦੁਕਾਨਦਾਰ ਮਿਕਸ ਕਰੇਗਾ, ਪਰ ਜਿੱਥੋਂ ਇਹ ਕਲੈਕਸ਼ਨ ਕੀਤੀ ਹੋਈ ਹੈ ਉਹਦੇ ਵਿੱਚ ਜੇ ਇਹ ਚੀਜ਼ਾਂ ਹੋਣ ਤਾਂ ਨੁਕਸਾਨ ਕਰ ਸਕਦੀਆਂ ਨੇ। ਸੋ ਇਸੇ ਲਈ ਮੈਂ ਕਿਹਾ ਪੈਚ ਟੈਸਟ ਕਰ ਲਓ, ਜੇ ਠੀਕ ਹੈ ਫਿਰ ਵਰਤੋ ਤੇ ਇਹਦੇ ਤੋਂ ਆਨੰਦ ਲਓ, ਫਾਇਦਾ ਲਓ। ਜੀ ਬਹੁਤ ਧੰਨਵਾਦ ਭੈਣ ਜੀ ਤੁਹਾਡਾ, ਤੇ ਕੀ ਮੈਸੇਜ ਹੋਊਗਾ ਸਾਰਿਆਂ ਲਈ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ? ਦੇਖੋ ਮੈਂ ਹਮੇਸ਼ਾ ਇੱਕੋ ਹੀ ਗੱਲ ਕਰਦੀ ਹਾਂ, ਪਹਿਲਾਂ ਤਾਂ ਹੱਥ ਜੋੜ ਕੇ ਸਾਰਿਆਂ ਤੋਂ ਮਾਫ਼ੀ ਤੇ ਬੇਨਤੀ। ਇਹ ਹੈ ਕਿ ਬੇਵਕਤ ਸੱਚਮੁੱਚ ਡਾਕਟਰੀ ਲਾਈਨ ਇੰਨੀ ਸੌਖੀ ਨਹੀਂ ਹੁੰਦੀ, ਕਈ ਵਾਰ ਰਾਤ ਦੀ ਡਿਊਟੀ ਬਹੁਤ ਔਖੀ ਹੁੰਦੀ ਹੈ, ਪਰ ਦਿਨ ਤੇ ਵੀ ਹੁੰਦੇ ਆ, ਐਮਰਜੈਂਸੀ ਵੀ ਜਾਣਾ ਪੈਂਦਾ, ਪੜ੍ਹਾਉਣੇ ਵੀ ਹੈ, ਸਟੂਡੈਂਟਸ ਕਲਾਸ ਵੀ ਲੈ ਰਹੇ ਹੁੰਦੇ ਆ, ਪੇਪਰ ਵੀ ਚੈੱਕ ਕਰਨੇ ਆ, ਸਭ ਕੁਛ। ਇੱਦਾਂ ਪਲੀਜ਼ ਨਾ ਸੋਚਿਆ ਕਰੋ ਕਿ ਮੈਂ 24 ਘੰਟੇ ਵਿਹਲੀ ਹਾਂ, ਜਿਹੜੇ ਵੇਲੇ ਮਰਜ਼ੀ ਫੋਨ ਖੜਕਾ ਕੇ ਤੁਸੀਂ ਫਿਰ ਕਈ ਵਾਰ ਬਹੁਤ ਨਾਰਾਜ਼ਗੀ ਵੀ ਮੈਨੂੰ ਸਹਿਣੀ ਪੈਂਦੀ ਹੈ। ਕੁੱਝ ਪੀਰ ਫੋਨ ਕਰਕੇ ਇੱਥੋਂ ਤੱਕ ਕਹਿ ਦਿੰਦੇ ਨੇ ਤੁਸੀਂ ਤਾਂ ਪਰਮਾਨੈਂਟ ਹੀ ਬਿਜ਼ੀ ਹੋ, ਪਰ ਮੈਂ ਕਿਵੇਂ ਦੱਸਾਂ ਕਿ ਕਈ ਵਾਰ ਰਾਤ ਦੀ ਡਿਊਟੀ ਤੋਂ ਆ ਕੇ ਮਸਾਂ ਹੀ ਅੱਖ ਬੰਦ ਹੋਈ ਹੁੰਦੀ ਹੈ ਤੇ ਫੋਨ ਆ ਜਾਂਦਾ। ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਬੇਵਕਤ ਕਾਲ ਪਲੀਜ਼ ਨਾ ਕਰਿਆ ਕਰੋ, ਨਹੀਂ ਕਈ ਵਾਰ ਟਾਈਮ ਹੁੰਦਾ ਤੇ ਤੁਹਾਨੂੰ ਸਵਾਲ ਦੇ ਦੇਣ ਜੀ, ਹਰ ਸਵਾਲ ਦਾ ਮੇਰਾ ਖਿਆਲ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਦੂਸਰੀ ਗੱਲ, ਜਦੋਂ ਫੋਨ ਤੇ ਕਈ ਵਾਰ
ਪੁੱਛਦੇ ਨੇ ਲੋਕ, ਮੈਂ ਸਮਝ ਸਕਦੀ ਹਾਂ ਕਿ ਬਿਮਾਰੀ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਸਾਨੂੰ ਦੋ ਮਿੱਠੇ ਬੋਲਾਂ ਨਾਲ ਹੀ ਦੱਸ ਦੇਵੇ ਕਿਵੇਂ ਠੀਕ ਹੋ ਸਕਦੇ ਹਾਂ। ਪਰ ਆਮ ਤੌਰ ਤੇ ਹੁਣ ਤੁਸੀਂ ਦੇਖੋ, ਜੇ ਮੈਂ ਕਹਾਂ ਕਿ ਮੇਰੇ ਕੋਲ ਇੱਕ ਨੀਲਾ ਰੰਗ ਪਿਆ ਉਹਦੇ ਨਾਲ ਦੀ ਚੁੰਨੀ ਹੋਈ ਲਿਆ ਦਿਓ, ਤਾਂ ਤੁਸੀਂ ਪੁੱਛੋਗੇ ਕੋਈ ਨੀਲਾ ਇੱਕ ਰੰਗ ਹੁੰਦਾ? ਇੰਝ ਜਦੋਂ ਕੋਈ ਕਹਿੰਦਾ ਕਿ ਮੇਰੇ ਗਲੇ ਦੇ ਪੀੜ ਹੈ, ਤਾਂ ਹੁਣ ਉਹ ਰੱਬ ਨਾ ਕਰੇ ਗਲਤ ਨੀ ਮੈਂ ਬੋਲਦੀ, ਪਰ ਕੈਂਸਰ ਤੋਂ ਲੈ ਕੇ ਆਮ ਡਰਾਈਨੈਸ ਕੁਛ ਵੀ ਹੋ ਸਕਦਾ, ਥਾਇਰੋਇਡ ਹੋ ਸਕਦਾ, ਉਹ ਬਿਨਾਂ ਦੇਖੇ ਸੰਭਵ ਨਹੀਂ ਹੈ ਕਿ ਇਲਾਜ ਕੀਤਾ ਜਾ ਸਕੇ। ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਅਸੀਂ ਨੈਚੁਰਲ ਤਰੀਕੇ ਨਾਲ ਕੁਛ ਚੀਜ਼ਾਂ ਦੱਸ ਰਹੇ ਹਾਂ, ਪਰ ਕੋਸ਼ਿਸ਼ ਕਰਿਆ ਕਰੋ ਕਿ ਇਸ ਤਰ੍ਹਾਂ ਫੋਨ ਟੈਲੀਫੋਨਿਕਲੀ ਟ੍ਰੀਟਮੈਂਟ ਤੇ ਨਾ ਬਹੁਤਾ ਆਧਾਰਿਤ ਹੋਣਾ ਨਹੀਂ ਹੋਈ ਠੀਕ। ਕਦੇ ਗੇੜਾ ਲੱਗੇ ਇੰਡੀਆ ਚ ਜੀ ਸਕ ਕੇ ਮੈਂ ਹਾਜ਼ਰ ਹਾਂ, ਉਦੋਂ ਜ਼ਰੂਰ ਤੁਸੀਂ ਪਤਾ ਕਰ ਸਕਦੇ ਹੋ ਜੀ। ਪਰ ਫਿਰ ਅਖੀਰ ਜਾਂਦੇ ਜਾਂਦੇ ਭੈਣ ਜੀ ਤੁਹਾਡੇ ਰਾਹੀਂ ਇੱਕ ਤਾਂ ਤੁਹਾਡਾ ਧੰਨਵਾਦ, ਸਾਂਝਾ ਟੀਵੀ ਦਾ ਧੰਨਵਾਦ, ਤੇ ਇਹ ਇੱਕ ਜ਼ਰੂਰ ਮੈਂ ਜਾਂਦੇ ਜਾਂਦੇ ਸੁਨੇਹਾ ਦਿਆਂਗੀ ਕਿ ਮੈਂ ਆਪ ਖੋਜ ਦੇ ਆਧਾਰ ਉੱਤੇ ਕੰਮ ਕਰਦੀ ਹਾਂ, ਪਰ ਇਹ ਜਿਹੜੀਆਂ ਚੀਜ਼ਾਂ ਦੱਸਦੇ ਹਾਂ ਤੁਹਾਨੂੰ ਕੁਦਰਤੀ ਨੁਸਖੇ ਸਿਰਫ ਇਸ ਲਈ ਕਿ ਸ਼ਾਇਦ ਮੈਂ ਵੀ ਆਪਣੇ ਆਪ ਨੂੰ ਵੇਖਾਂ ਤਾਂ ਅਸੀਂ ਇਹ ਚੀਜ਼ਾਂ ਲਈ ਵਕਤ ਨਹੀਂ ਕੱਢ ਸਕਦੇ ਕਿ ਕਿਸੇ ਨੂੰ ਇਹੋ ਜਿਹੀਆਂ ਚੀਜ਼ਾਂ ਸਮਝਾ ਸਕੀਏ। ਇਹ ਪ੍ਰੋਗਰਾਮ ਨੇ ਤੁਹਾਡੇ ਹੀ ਸਭਨਾਂ ਦੇ ਫਾਇਦੇ ਲਈ ਕਿ ਜੇ ਕੁਛ ਅਸਰ ਅਸੀਂ ਵਧੀਆ ਘਰ ਬੈਠੇ ਲੈ ਸਕਦੇ ਹਾਂ ਤਾਂ ਅੱਛਾ ਹੋਏਗਾ ਜੇ ਅਸੀਂ ਕਿਸੇ ਹੋਰ ਨੂੰ ਵੀ ਇਹਨਾਂ ਚੀਜ਼ਾਂ ਤੋਂ ਫਾਇਦਾ ਲੈਣ ਲਈ ਦੱਸੀਏ, ਤਾਂ ਉਹ ਹਮੇਸ਼ਾ ਦੂਸਰਾ ਵੀ ਤੁਹਾਨੂੰ ਦੁਆ ਦਏਗਾ ਕਿ ਹਾਂਜੀ ਮੇਰਾ ਵੀ ਫਾਇਦਾ ਹੋਇਆ। ਸੋ ਇਹੋ ਜਿਹੀ ਚੀਜ਼ ਸ਼ੇਅਰਿੰਗ ਦੇ ਵਿੱਚ ਹੀ ਜ਼ਿਆਦਾ ਚੰਗੀ ਲੱਗਦੀ ਹੈ, ਜਿਵੇਂ ਖੁਸ਼ੀ ਸਾਂਝੀ ਨਾ ਕਰੀਏ ਤਾਂ ਉਹਦਾ ਮਜ਼ਾ ਨਹੀਂ ਨਾ ਆਉਂਦਾ। ਬਿਲਕੁਲ ਇੰਝੀ ਇਹੋ ਜਿਹੇ ਨੁਸਖੇ ਜਦ ਤੱਕ ਅਗਾਹ ਨਾ ਦੱਸੀਏ ਤਾਂ ਸਾਡੇ ਨਾਲ ਹੀ ਦਫ਼ਨ ਹੋ ਜਾਣਗੇ, ਉਹਦਾ ਕੋਈ ਫਾਇਦਾ ਨਹੀਂ। ਤੇ ਪਰ ਕਿਸੇ ਦਾ ਫਾਇਦਾ ਹੋ ਗਿਆ ਤਾਂ ਸਾਡੇ ਤੁਰ ਜਾਣ ਬਾਅਦ ਵੀ ਲੋਕ ਯਾਦ ਰੱਖਦੇ ਨੇ ਨੁਸਖਾ ਉਹਨਾਂ ਨੇ ਦੱਸਿਆ ਸੀ ਤਾਂ ਬੜਾ ਫਾਇਦਾ ਹੋਇਆ। ਸੋ ਸਾਂਝੀ ਕਰਿਆ ਜੀ, ਬਹੁਤ ਦਿਲੋਂ ਧੰਨਵਾਦ ਭੈਣ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਦੇ ਹਾਂ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਹੋਣਾ ਦੀ, ਤੇ ਹਮੇਸ਼ਾ ਹੀ ਜਦੋਂ ਵੀ ਸਾਂਝਾ ਟੀਵੀ ਨੇ ਕਦੇ ਆਵਾਜ਼ ਮਾਰੀ ਆ ਤੇ ਭੈਣ ਜੀ ਹਮੇਸ਼ਾ ਹਾਜ਼ਰ ਹੁੰਦੇ ਆ। ਔਰ ਇੱਕ ਮੈਂ ਵੀ ਰਿਕੁਐਸਟ ਜ਼ਰੂਰ ਕਰਾਂਗੀ ਕਿ ਭੈਣ ਜੀ ਉਹਨਾਂ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਮੈਂ ਪਰਸਨਲ ਲੈਵਲ ਤੇ ਉਹਨਾਂ ਨੂੰ ਚੈੱਕ ਕਰਦੀ ਹਾਂ, ਮੈਸੇਜ ਦੇਖਦੀ ਹਾਂ, ਤੁਹਾਡੇ ਕੋਈ ਵੀ ਸਵਾਲ ਇਕੱਲੇ ਹੁੰਦੇ ਉਹ ਵੀ ਭੈਣ ਜੀ ਉਹਨਾਂ ਤੱਕ ਲੈ ਕੇ ਆਉਣਾ ਮੈਂ ਆਪਣੀ ਡਿਊਟੀ ਸਮਝਦੀ ਹਾਂ। ਸੋ ਬੜਾ ਬਿਜ਼ੀ ਹੁੰਦੇ ਆ, ਬਿਜ਼ੀ ਰੁਝਾਨ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਜਿਹੜਾ ਸਾਡੇ ਨਾਲ ਸ਼ਾਮਲ ਹੁੰਦੇ ਆ ਇਹ ਵੀ ਬਹੁਤ ਵੱਡੀ ਗੱਲ ਆ ਸਾਡੇ ਲਈ, ਕਿ ਜਿੰਨਾ ਆਲਾ ਡਾਕਟਰ ਨੇ ਜਿਹੜਾ ਉਹਨਾਂ ਦਾ ਪੇਸ਼ਾ ਆ, ਘਰ ਪਰਿਵਾਰ ਵੀ ਆ, ਕਮਿਊਨਿਟੀ ਦੇ ਵਿੱਚ ਵੀ ਹਮੇਸ਼ਾ ਅੱਗੇ ਹੁੰਦੇ ਆ, ਤੇ ਜਦੋਂ ਇਹੋ ਜਿਹਾ ਵੀ ਸਮਾਂ ਨਾਲ ਦਿੰਦੇ ਹੈਗੇ ਆ ਇਹ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਇਹੋ ਜਿਹੀਆਂ ਭੈਣਾਂ ਸਾਡੇ ਕੋਲ ਆ, ਜਗਤ ਭੈਣ ਸਾਡੇ ਡਾਕਟਰ ਹਰਸ਼ਿੰਦਰ ਜਿਹੜੇ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਫਾਇਦਾ ਲੈ ਸਕੀਏ ਜਿਹੜੀਆਂ ਕੁਦਰਤ ਨੇ ਸਾਡੀ ਝੋਲੀ ਵਿੱਚ ਇੰਨੀਆਂ ਵਧੀਆ ਸੁਗਾਤਾਂ ਪਾਈਆਂ। ਸੋ ਮੈਨੂੰ ਉਮੀਦ ਆ ਕਿ ਤੁਸੀਂ ਜ਼ਰੂਰ ਸਾਡੀ ਇਹ ਬੇਨਤੀ ਕਬੂਲ ਕਰੋਗੇ। ਸੋ ਤੁਸੀਂ ਟੈਮੋ ਬੇ ਵਕਤ ਜਿਹੜਾ ਦੇਰ ਰਾਤ ਫੋਨ ਕਰਨਾ ਇਹਨਾਂ ਗੱਲਾਂ ਤੋਂ ਜ਼ਰੂਰ ਗੁਰੇਜ਼ ਕਰਿਓ, ਬੇਨਤੀ ਆ, ਕਿਉਂਕਿ ਅਸੀਂ ਸਾਰੇ ਇਨਸਾਨ ਆ ਤੇ ਸਾਨੂੰ ਸੌਣਾ ਵੀ ਬਹੁਤ ਜ਼ਰੂਰੀ ਹੁੰਦਾ। ਰਾਤ ਦੀ ਨੌਕਰੀ ਤੋਂ ਬਾਅਦ ਜਦੋਂ ਕੁਛ ਘੰਟੇ ਸ਼ਾਂਤੀ ਦੇ ਨਾਲ ਸੌਣਾ ਹੁੰਦਾ ਤੇ ਫਿਰ ਸਾਡਾ ਉਹ ਜਿਹੜਾ ਫੋਨ ਸਾਨੂੰ ਜਦੋਂ ਪਰੇਸ਼ਾਨ ਕਰਦਾ, ਤੁਹਾਡੇ ਫੋਨ ਜ਼ਰੂਰੀ ਵੀ ਬਹੁਤ ਆ ਪਰ ਤੁਸੀਂ ਮੈਨੂੰ ਮੈਸੇਜ ਦੇ ਰਾਹੀਂ ਜ਼ਰੂਰ ਭੇਜ ਦਿਆ ਕਰੋ। ਮੈਂ ਆਪਣੀ ਡਿਊਟੀ ਸਮਝਦੇ ਹੋਏ ਟਾਈਮ ਟੂ ਟਾਈਮ ਭੈਣ ਜੀ ਉਹਨਾਂ ਦੇ ਨਾਲ ਜ਼ਰੂਰ ਡਿਸਕਸ ਕਰਾਂਗੀ ਤੁਹਾਡੀਆਂ ਪ੍ਰੋਬਲਮ, ਪਰ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਗੁਰੇਜ ਕਰਿਆ ਕਰੋ ਪਰੇਸ਼ਾਨ ਕਰਨ ਤੋਂ। ਸੋ ਬੇਨਤੀ ਹੈ ਜੀ, ਬਾਕੀ ਸਾਰਾ ਤੁਹਾਡੇ ਹੱਥ ਹੀ ਆ। ਤੇ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਾ ਇਹਦੀ ਫੀਡਬੈਕ ਜ਼ਰੂਰ ਕਰਿਓ ਔਰ ਦਿਓ ਜ਼ਰੂਰ, ਤੇ ਨਾਲ ਦੀ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕ ਇਸਦਾ ਫਾਇਦਾ ਲੈ ਸਕਣ। ਅਗਲੀ ਵਾਰ ਸਾਂਝੀ ਗੱਲਬਾਤ ਦੇ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ, ਤਦ ਤੱਕ ਤੁਸੀਂ ਰੱਖਿਓ ਖਿਆਲ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।